हेलो अबीर जी, जिस बंदे नू मोबाइल मिलिया सी ओह वीर ने देता, ओहदा बहुत बहुत थैंक यू भाजी, बहुत बहुत शुक्रिया उस बंदे दा। इमानदारी दी मिसाल पैदा कीती भाजी उहने। अपील का फैसला पहला वाला ही रहा जी, जिहड़ा पहला कुत्ता जेतू सी ओही जेतू रहा। लिया जी चौथे राउंड की पहली रेस, एक नूर जंडाली की कुत्ती बुलट काइट भी पड़ा लाल, ब्रायकोट का कुत्ता ब्लैक स्टोन काला पड़ा सफेद पाके लिया जी मैदान। दो नंबर रेस होगी फ्रेंड ग्रुप हुशियारपुर, इन्होंने कुत्ती लेडी शूटर काली डब्बी पड़ा लाल, इहदा मुकाबला सुखा जलाल दी वाल दा कुत्ता ब्लू स्टार नीला, इहदे पड़ा स्पेल पा के तैयार रखो जी। भाई जी लियाओ जी, पटा सफेद जित गया जी, ब्रैग ब्रैकोट का कुत्ता ब्लैक स्टोन काला जित गया जी। लिया जी दो नंबर डोर मैदान, तीन नंबर करो जी तैयार अमनीत कनिया, इन्हों की कुत्ती सेंडी काली डब्बी पटा लाल, इन्हों का रुपिंदरजीत सिंह जी समराला का कुत्ता टॉम क्रूज काला पटा सफेद पा के तैयार रखो जी। बहुत बहुत धन्यवाद करते हैं सरदार रेशम सिंह जी गरचा अंडारी घर तो, सरदार प्रतपाल सिंह जी पोला सरपंच ਧਨੂਰ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਚਰਨਜੀਤ ਸਿੰਘ ਜੀ ਚੰਨੀ, ਕੁਲਦੀਪ ਸਿੰਘ ਜੀ ਕੀਪਾ, ਅਜੀਤ ਸਿੰਘ ਜੀ ਧਨੌਲਾ, ਹੈਪੀ ਸ਼ਾਦੀਪੁਰ ਜੀ, ਪ੍ਰਦੀਪ ਰਾਜ ਸਿੰਘ ਜੀ ਰੋਮੀ ਲੱਦੜਾ, ਤੇਜਪਾਲ ਸਿੰਘ ਜੀ ਠੇਕੇਦਾਰ ਸਮਰਾਲਾ, ਗੁਰਿੰਦਰ ਸਿੰਘ ਜੀ ਗਿੰਦੀ ਨਸਰਾਲੀ, ਗੋਨੀ ਗਿੱਲ ਬੌਂਦਲੀ, ਹਰਕੇਸ਼ ਸਿੰਘ ਗੱਬਰ ਸੰਗਤਪੁਰਾ, ਰਣਜੋਤ ਸਿੰਘ ਜੋਧਾ ਟੰਗਰਾਲੀ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਬਹੁਤ ਵੱਡਾ ਸਹਿਯੋਗ ਹੈ ਇਸ ਟੂਰਨਾਮੈਂਟ ਵਾਸਤੇ, ਬਹੁਤ ਧੰਨਵਾਦ ਆ ਵੀਰਾਂ ਦਾ ਜੀ। ਛੱਡੋ ਜੀ ਦੋ ਨੰਬਰ, ਕੀ ਬੜਾ ਸਫੈਦ ਆ ਜੀ, ਰੁਕਣੀ ਆਉਣ 10 ਮਿੰਟ ਹੋਇਆ ਨਹੀਂ ਹੁੰਦਾ।
ਲਿਆ ਬਈ 3 ਨੰਬਰ ਡੋਰ ਮੈਦਾਨ ਦੇ ਵਿੱਚ ਅਮਨੀਤ ਕਣੀਆਂ ਦੀ ਕੁੱਤੀ ਸੈਂਡੀ ਕਾਲੀ ਵੀ ਪੜਾ ਲਾਲ ਅਰਪਿੰਦਰਜੀਤ ਸਿੰਘ ਸਮਰਾਲਾ ਕੋਲ ਟਾਮ ਕਰੂਜ਼ ਕਾਲਾ ਪੜਾ ਸਪੈਲ ਬਾਗੇ ਲਿਆਓ ਜੀ ਮੈਦਾਨ ਦੇ ਵਿੱਚ 4 ਨੰਬਰੀ ਚੌਧਰੀ ਮੁਹੰਮਦ ਹਬੀਬ ਮਲੇਰਕੋਟ ਦਾ ਕੁੱਤਾ ਪੀਟਰ ਪਾਰਕਰ ਕਾਲਾ ਪੜਾ ਲਾਲ ਇਹਦਾ ਬਰਗੋ ਪ੍ਰੈਕੋਟ ਦਾ ਕੁੱਤਾ ਟੋਕਨ ਡਰਬੋ ਕਾਲਾ ਪੜਾ ਸਪੈਲ ਬਾਗੇ ਤਿਆਰ ਰੱਖੋ ਜੀ ਲਿਆਓ ਜੀ ਲਿਆਓ ਕੁੱਤੇ ਜਲਦੀ ਕਰੋ ਜੀ ਉਹ ਯਾਰ ਲੱਖੀ ਕੀ ਕਰਦੇ ਹੋ ਤੁਸੀਂ ਡੰਮੀ ਕਾਹਤੋਂ ਲੈ ਕੇ ਜਾਂਦੇ ਹੈਗੇ ਹਨੇਰਾ ਤੁਸੀਂ ਕਰ ਲੈ ਟਰੈਕ ਨਹੀਂ ਤੁਹਾਡਾ ਡੰਮੀ ਨਹੀਂ ਜਾਂਦੀ ਕਿ ਤੁਹਾਨੂੰ ਮੋਟਰਸਾਈਕਲ ਦਿੱਤਾ ਤੁਰ ਕੇ ਲੈ ਜਾਣੀ ਫਿਰ ਪਤਾ ਨਹੀਂ ਕੀ ਕਰੋਗੇ ਬਾਈ ਟਰੈਕ ਕੋਈ ਨਾ ਕ੍ਰੋਸ ਕਰੇ ਧਿਆਨ ਰੱਖਿਓ ਇਸ ਚੀਜ਼ ਦਾ ਸਾਡੇ ਚਾਰ ਨੰਬਰ ਮਗਰੇ ਲੈ ਜਾਓ ਬਾਈ ਛੱਡੋ ਬਾਈ ਛੱਡੋ ਟਰੈਕ ਕੋਈ ਨਾ ਕ੍ਰੋਸ ਕਰੋ ਖੜ ਜਾਓ ਯਾਰ ਜਿੱਥੇ ਖੜੇ ਹੋ ਪਟਾ ਸਫੈਦ ਜਿੱਤ ਗਿਆ ਜੀ ਰੁਪਿੰਦਰਜੀਤ ਸਿੰਘ ਸੁਰਾਲਾ ਦਾ ਕੁੱਤਾ ਟੌਮ ਕਰੂਜ਼ ਕਾਲਾ ਜਿੱਤ ਗਿਆ ਜੀ ਲਿਆਓ ਜੀ 4 ਨੰਬਰ ਡੋਰ ਮੈਦਾਨ ਦੇ ਵਿੱਚ ਚੌਧਰੀ ਮੁਹੰਮਦ ਹਬੀਬ ਦਾ ਮਲੇਰਕੋਟ ਦਾ ਕੁੱਤਾ ਪੀਟਰ ਪਾਰਕਲ ਕਾਲਾ ਪਦਾ ਲਾਲ ਬਰਗੋ ਪ੍ਰੈਕੋਟ ਦਾ ਕੁੱਤਾ ਟੋਕਨ ਡਰਬੋ ਕਾਲਾ ਪਦਾ ਸਫੈਦ ਬਾਗੇ ਲਿਆਓ ਜੀ ਮੈਦਾਨ ਦੇ ਵਿੱਚ 5 ਨੰਬਰ ਇਹ ਸਾਹਿਬ ਬਰਗੋ ਪ੍ਰੈਕੋਟ ਦਾ ਕੁੱਤਾ ਡੇਵਸ ਕਾਲ ਡੱਬਾ ਪਦਾ ਲਾਲ ਇਹਦਾ ਮੁਕਾਬਲਾ ਮਾਤ ਗੁਰਜੰਟ ਸਿੰਘ ਨੰਗਲ ਦਾ ਕੁੱਤਾ ਬੈਟਕਿਊਟ ਚਿੱਟਾ ਪਦਾ ਸਫੈਦ ਇਹ ਤਿਆਰ ਰੱਖੋ ਜੀ ਛੱਡੋ ਬਈ ਛੱਡੋ 4 ਨੰਬਰ 5 ਨੰਬਰ ਮਗਰੇ ਤਿਆਰ ਰੱਖੋ ਜੀ ਠੀਕ ਹੈ ਪਟਾ ਸਫੈਦ ਜਿੱਤ ਗਿਆ ਜੀ ਬ੍ਰੈਗ ਗਰੁੱਪ ਰਾਏਕੋਟ ਦਾ ਕੁੱਤਾ ਟੋਕਨ ਡਰਬੋ ਕਾਲਾ ਜਿੱਤ ਗਿਆ ਜੀ ਲਿਆਓ ਜੀ 5 ਨੰਬਰ ਡੋਰ ਮੈਦਾਨ ਦੇ ਵਿੱਚ ਬ੍ਰੈਗ ਗਰੁੱਪ ਰਾਏਕੋਟ ਦਾ ਕੁੱਤਾ ਡੈਪਸ ਕਾਲ ਡੱਬਾ ਪਟਾ ਲਾਲ ਮਾਧਵ ਗੁਰਜੰਟ ਸਿੰਘ ਨੰਗਲ ਦਾ ਕੁੱਤਾ ਬੈਟਕੂਟ ਚਿੱਟਾ ਪਟਾ ਸਫੈਦ ਬਾਗੇ ਲਿਆਓ ਜੀ ਮੈਦਾਨ ਦੇ ਵਿੱਚ 6 ਨੰਬਰ ਡੋਰ ਆ ਜੀ ਸੋਤਾ ਬ੍ਰਦਰ ਇਹਨਾਂ ਕੁੱਤਾ ਗੈਮੀ ਚਿੱਤਰਾ ਡੱਬਾ ਪਟਾ ਲਾਲ ਇਹਦਾ ਮੁਕਾਬਲਾ ਜਸਪਾਲ ਸਿੰਘ ਜੱਲੋਵਾਲ ਦਾ ਕੁੱਤਾ ਰਾਊਟ ਲਾਲ ਪਟਾ ਸਫੈਦ ਬਾਗੇ ਤਿਆਰ ਰੱਖੋ ਜੀ ਛੱਡੋ ਜੀ 5 ਨੰਬਰ ਖਿੱਚ ਖਿੱਚ ਬਿੱਲੇ ਹੋਏ ਖਿੱਚ ਖਿੱਚ ਪਟਾ ਲਾਲ ਜਿੱਤ ਗਿਆ ਜੀ
ਬੜਾਗੋ ਪ੍ਰਾਇ ਕੋਟ ਦਾ ਕੁੱਤਾ ਡੈਮਸ ਕਾਲਾ ਡੱਬਾ ਜਿੱਤ ਗਿਆ ਜੀ। ਲਿਆਓ ਜੀ 6 ਨੰਬਰ ਡੋਰ ਮੈਦਾਨ ਦੇ ਵਿੱਚ 7 ਨੰਬਰ ਕਰੋ ਜੀ ਤਿਆਰ ਰਾਜਾ ਮੋਕਾ ਬਸੀ ਜਲਾਲ ਇਹਨਾਂ ਕੁੱਤਾ ਜੂਨੀਅਰ ਲੀਗ ਕਾਲਾ ਪਟਾ ਲਾਲ ਇਹਦਾ ਮੁਕਾਬਲਾ ਬੋਨੀ ਗਿੱਲ ਬਾਉਂਡਰੀ ਦਾ ਕੁੱਤਾ ਤੂਫਾਨ ਕਾਲਾ ਪਟਾ ਸਫੈਦ ਪਾ ਕੇ ਤਿਆਰ ਰੱਖੋ ਜੀ ਛੱਡੋ 6 ਨੰਬਰ ਛੱਡੋ ਜੀ 6 ਨੰਬਰ ਪਹੁੰਚੇ ਨੀ ਗੇ ਕਿਹਦਾ ਪਟਾ ਸਫੈਦ ਜੀ ਜਸਪਾਲ ਸਿੰਘ ਜੱਲੋਵਾਲ ਦਾ ਕੁੱਤਾ ਰਾਊਟਰ ਲਾਲ ਜਿੱਤ ਗਿਆ ਜੀ। ਲਿਆਓ ਜੀ 7 ਨੰਬਰ ਡੋਰ ਮੈਦਾਨ ਦੇ ਵਿੱਚ 8 ਨੰਬਰ ਲਿਆਓ ਸੁਖਵੰਤ ਸਿੰਘ ਬੋਹੜ ਦਾ ਕੁੱਤਾ ਜੌਨ ਟੈਰੀ ਕਾਲਾ ਜੀ ਬਾਈ ਦੀ ਰੇਸ ਪੂਰੀ ਕਰਾ ਦਿਓ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਰਦਾਰ ਪ੍ਰਿਤਪਾਲ ਸਿੰਘ ਜੀ ਪੋਲਾ ਸਰਪੰਚ ਰੇਸ਼ਮ ਸਿੰਘ ਜੀ ਗਰਚਾ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਕੁਲਦੀਪ ਸਿੰਘ ਜੀ ਕੀਪਾ ਅਜੀਤ ਸਿੰਘ ਜੀ ਧਰੌਲਾ ਹੈਪੀ ਸ਼ਾਦੀਪੁਰ ਜੀ ਪ੍ਰਦੀਪ ਰਾਜ ਸਿੰਘ ਜੀ ਰੋਮੀ ਲੁਧਰਾ ਤੇਜਪਾਲ ਸਿੰਘ ਜੀ ਠੇਕੇਦਾਰ ਸਮਰਾਲਾ ਗੁਰਿੰਦਰ ਸਿੰਘ ਗਿੰਦੀ ਨਸਰਾਲੀ ਬੋਨੀ ਗਿੱਲ ਬੌਂਦਲੀ ਗੱਬਰ ਸੰਗਤਪੁਰਾ ਰਣਜੋਤ ਸਿੰਘ ਜੋਧਾ ਟਕਰਾਲੀ ਜੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਟੂਰਨਾਮੈਂਟ ਵਾਸਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਛੱਡੋ ਜੀ 7 ਨੰਬਰ ਹਾਂਜੀ ਪਟਾ ਸਫੈਦ ਜਿੱਤ ਗਿਆ ਜੀ ਬੋਨੀ ਗਿੱਲ ਬੌਂਦਲੀ ਦਾ ਕੁੱਤਾ ਤੂਫਾਨ ਕਾਲਾ ਡੱਬਾ ਜਿੱਤ ਗਿਆ ਜੀ ਲਿਆਓ ਜੀ ਸੁਖਵੰਤ ਸਿੰਘ ਮੋਹ ਬੋਣ ਇਹਨਾਂ ਕੁੱਤਾ ਜੌਨ ਟੈਰੀ ਇਹਦੀ ਬਾਈ ਦੀ ਰੇਸ ਪੂਰੀ ਕਰਾ ਦਿਓ ਜੀ ਲਾਲ ਪਟਾ ਜੇਤੂ ਹੈ ਜੀ ਲਾਲ ਪਟਾ ਰਾਜਾ ਮੋਖਾ ਬਸੀ ਜਲਾਲ ਦਾ ਕੁੱਤਾ ਜੂਨੀਅਰ ਲੀਗ ਕਾਲਾ ਜਿੱਤ ਗਿਆ ਜੀ ਕਰਾਓ ਜੀ ਸੁਖਵੰਤ ਸਿੰਘ ਬੋਲ ਆਪਣੇ ਕੁੱਤੇ ਦੀ ਬਾਈ ਦੀ ਰੇਸ ਪੂਰੀ ਕਰਾਓ ਬਾਈ ਟਰੈਕ ਖਾਲੀ ਕਰੋ ਜੀ ਹਾਂ ਜੀ 7 ਮਿੰਟ ਦੀ ਰੈਸਟ ਆ ਜੀ ਇਹ ਰਾਊਂਡ ਤੋਂ ਬਾਅਦ 7 ਮਿੰਟ ਦੀ ਰੈਸਟ ਆ ਜੀ ਆਇਓ ਜੀ ਗੁਰੂ ਜੀ ਆਇਓ ਲਾਓ ਰੌਣਕ ਲਾਓ 5-4 ਮਿੰਟ ਹਾਂਜੀ ਬਾਈ ਦੀ ਰੇਸ ਹੈ ਜੀ ਹੁਣ ਸਾਡੇ ਕੋਲ ਕੁੱਤੇ ਰਹਿ ਗਏ 8 ਅਤੇ ਇਹ 8 ਚੋਂ ਕਿਸੇ ਨੂੰ ਬਾਈ ਹੈ ਨਹੀਂ ਬਾਕੀ ਇਹ
116 कुत्तियां चों 8 कुत्ते बाकी है। तो असी इन्हां नूं इह अहमियत दिंदे आं वी इन्हां च कोई 19-20 दा फर्क भी नहीं हो सकता, क्योंकि इत्थे थाई कमां पहुंचना बड़ी वड्डी गल है। तो इह हुण जिहड़े कुत्ते भजणे आ हाँ जी, साडे तहसीलदार साहब बिट्टू जिहड़े बड़े बड़े शकीन ने, तहसीलदार साहब आए ने, मैं इन्हां दा बहुत बहुत धन्नवाद करदा, बड़ी मेहरबानी है, बहुत बहुत शुक्रिया। चलो जी, हाजरी लवाई, चाहे लेट ही आए फिर भी तहसीलदार साहब थोड़ा बहुत बहुत शुक्रिया। अज इस गेम नूं जिहड़ी चल रही है ये बड़िया बड़िया शख्सियतों ने आके अहमियत दिती है। साडे पिरतपाल सिंह दे साहबजादे जिहड़े के इंग्लैंड च ही रहिंदे ने, मैं नाम भुल गया यार, सत श्री अकाल, की हाल है, होर सारा होर ठीक है। हाँ जी, ओ इंद्रजीत सिंह जी इंग्लैंड की रहिंदे ने, ये तीन पुस्तां तो लैके मैं इन्हां नाल शिकार खेलिया। पहला तो इन्हां दे दादा जी थे डॉक्टर अमरीक सिंह, फिर साढ़े भाई साहब पिरतपाल सिंह संधु सिद्धवान, इन्हां दे नाल हुण इंद्रजीत सिंह जी, हो सकता है मैं उम्मीद रखदा कि इन्हां दे साहबजादे नाल भी कुछ 2-4 टूरनामेंट देखा। ये बहुत बड़ी मेहनत, बहुत बड़ी शख्सियत न जिन्हां ने इनू जद्दोजहद करके, डॉक्टर अमरीक सिंह ने बहुत ही चंगे तरीके दे नाल, बड़ी संजीदगी दे नाल इन्हां नूं ये सबक दिता कि आपां इस तरह मिलन जुलन का तरीका बनाए रखिए जिस तरह के आपां नूं भाईचारा ऐसा बनाइए। ये शौक जी ने, शौक नूं उन्होंने बड़ी अहमियत दिती। उन्होंने पहला सरते अमर सिंह लहल ने और डॉक्टर अमरीक सिंह सैकटरी सन उस क्लब दे, जिन्हां दे अमर सिंह जी लहल प्रधान बनाए थे उस ग्रुप दे, और पिरतपाल सिंह जी वाइस प्रेजिडेंट से संधु बसी पठाना, इन्हां लोगों ने सब तो पहला सानू बलैची कुत्ते दिखाए। असी देख नहीं से सके क्योंकि कौर साहब के कुत्तियां नूं देखण वास्ते साढ़े च अहमियत नहीं थी। महाराज संगरूर दे जाण दी राजां दे घरां च कौन पढ़न दिंदा सी। एक डॉक्टर साहब ते अमर सिंह लहल पिरतपाल सिंह इन्होंने कुत्ते बलैच चो लिया कि सानू आम नूं दिखाए भी बलैच कुत्ते इहे जिहे। उसके अगे जाके इन्होंने शिकार नूं ऐसी अहमियत दिती ते उन्हों बड़े चंगे ढंग तरीके दे नाल चलाया और अच्छे तो अच्छे आदमी नूं मैंबर लिया। मैंबर लैके उन्होंने सुझाव दिंदे दिंदे ये शौक अज इत्थे तक वध गया कि जब सिर्फ चंद आदमियों नूं शौक था, कुछ लोगों को गरीबी थी, कुछ लोगों दे कोल जराए नहीं थे, किसी आदमी कोल गड्डी हुंदी थी, तो उन्हां इन्नी कोशिश करके इस शौक नूं ते सारिआं दा मिलन बंस बना के अज थोड़े सामने बौंदरी कॉलेज दे विच गैत रिंग नूं भी देखदे हो और साहिबे शौक शिकारी नौजवान तबका नूं भी देखदे हो। देन सारी उन्हां बजुर्गां दी है जिन्हां ने इहनूं चलाया और चला के इत्थे तक लिआंदा। आ इक दास तुहाडे कोल बैठा है, मेरे नाल दे सिर्फ 3-4 बंदे रहे, मैं 1956 च दी पहली दौड़ करवाई है खन्ने। उसते पहला कोई इस नूं जाणदा ना सी साडे इस पंजाब च। ਇਹ ਇੱਕੋ ਹੀ ਕਲੱਬ ਸੀ ਪੰਜਾਬ ਕੌਰ ਸਿੰਘ ਜਿਹੜੀ ਕਿ ਪਾਕਿਸਤਾਨ 'ਚ ਚੱਲਦੀ ਸੀ, ਲੈਲ ਪਰ ਰਾਜਾ ਨਾਦਰ ਖਾਂ, ਇਮਤਿਆਜ਼ ਗਿੱਲ ਅਤੇ ਕਾਸਮ ਮੇਲਾ ਇਹ ਚਲਾ ਰਹੇ ਥੇ। ਇਹ ਸਾਡੇ ਕੁਝ ਸਹਿਬਾਨ ਉੱਧਰੋਂ ਜਿਹੜੇ ਪਾਕਿਸਤਾਨ 'ਚੋਂ ਆਏ, ਉਹਨਾਂ ਨੇ ਆ ਕੇ ਇਹ ਦੂਰ ਦੂਰ ਬੈਠ ਕੇ ਕੱਚੀਆਂ ਲਾਟਾਂ 'ਚ, ਜਦ ਉਹਨਾਂ ਨੂੰ ਜਦ ਟਾਈਮ ਹੋਊ ਮੈਨੂੰ ਦੱਸਦੀ, ਮੈਂ ਤੇਰਾ ਟਾਈਮ ਪਾਸ ਕਰਦਾ।
ਹਾਂ ਲੈ ਕਰਾ ਫਿਰ ਆ ਜਾ ਮੈਂ ਤਾਂ ਆਪ ਅਗਲੇ ਰਾਊਂਡ ਤੋਰ ਦਿਆਂਗਾ ਲਿਆਓ ਜੀ ਰੈਸਟ ਹੋ ਗਈ ਜੀ ਪੂਰੀ ਲਿਆਓ ਜੀ ਕੁਆਟਰ ਫਾਈਨਲ ਵਾਸਤੇ ਪਹਿਲੀ ਰੇਸ ਬਾਰਾ ਕਰੋ ਪ੍ਰਾਇ ਕੋਟਰਾ ਕੁੱਤਾ ਬਲੈਕ ਸਟੋਰ ਕਾਲਾ ਪੱਡਾ ਲਾਲ ਪਾ ਲਿਆਓ ਇਹਦਾ ਮੁਕਾਬਲਾ ਸੁੱਖਾ ਜਲਾਲ ਦੀ ਵਾਲ ਦਾ ਕੁੱਤਾ ਬਲੂ ਸਟਾਰ ਨੀਲਾ ਇਹਦੇ ਪੱਡਾ ਸਫੈਦ ਪਾ ਦਿਓ ਜੀ ਦੋ ਨੰਬਰ ਇਸ ਹੋ ਗਏ ਜੀ ਰੁਪਿੰਦਰਜੀਤ ਸਿੰਘ ਸਮਰਾਲਾ ਦਾ ਕੁੱਤਾ ਟੌਮ ਕਰੂਜ਼ ਕਾਲਾ ਇਹਦੇ ਪੱਡਾ ਲਾਲ ਪਾ ਦਿਓ ਬਰਾਇ ਕਰੋ ਪ੍ਰਾਇ ਕੋਟਰਾ ਕੁੱਤਾ ਟੋਕਰ ਡਰਬੋ ਕਾਲਾ ਇਹਦੇ ਪੱਡਾ ਸਫੈਦ ਪਾ ਕੇ ਤਿਆਰ ਰੱਖੋ ਜੀ ਤਿੰਨ ਨੰਬਰ ਇਸ ਹੋਏ ਬਰਾਇ ਕਰੋ ਪ੍ਰਾਇ ਕੋਟ ਇਹਨਾਂ ਕੁੱਤਾ ਡੇਮਸ ਕਾਲ ਡੱਬਾ ਇਹਦੇ ਪੱਡਾ ਲਾਲ ਪਾ ਦਿਓ ਦਾ ਮੁਕਾਬਲਾ ਜਸਪਾਲ ਸਿੰਘ ਜੱਲੋਵਾਲ ਦਾ ਕੁੱਤਾ ਰੌਬਟ ਲਾਲ ਇਹਦੇ ਪੱਡਾ ਸਫੈਦ ਪਾ ਕੇ ਤਿਆਰ ਰੱਖੋ ਜੀ ਚਾਰ ਨੰਬਰ ਇਸ ਆ ਜੀ ਰਾਜਾ ਮੁਖਾ ਬਸੀ ਜਲਾਲ ਇਹਨਾਂ ਦਾ ਕੁੱਤਾ ਜੂਨੀਅਰ ਲੀਗ ਕਾਲਾ ਇਹਦੇ ਪੱਡਾ ਲਾਲ ਇਹਨਾਂ ਮੁਕਾਬਲਾ ਸੁਖਵੰਤ ਸਿੰਘ ਬੋਹਰ ਦਾ ਕੁੱਤਾ ਜੌਨ ਟੈਰੀ ਕਾਲਾ ਪੱਡਾ ਸਫੈਦ ਪਾ ਕੇ ਤਿਆਰ ਰੱਖੋ ਜੀ ਲਿਆਓ ਜੀ ਇੱਕ ਨੰਬਰ ਇਸ ਬਾਈ ਹੁਣ ਦਰਸ਼ਕ ਵੀਰੋ ਇੱਕ ਗੱਲ ਧਿਆਨ ਦੇ ਵਿੱਚ ਰੱਖਿਓ ਆਪਾਂ ਨੇ ਰੱਸੀ ਲਾਈ ਆ ਜਿੱਥੇ ਬੈਠੇ ਹੋਣ ਉੱਥੇ ਬਹਿ ਜਾਓ ਹੁਣ ਰੇਸਾ ਫਾਈਨਲ ਰੇਸਾਂ ਆ ਗਈਆਂ ਨੇ ਕੋਈ ਮੂਹਰੇ ਸਾਈਕਲ ਨਾ ਹੋਵੇ ਕੋਈ ਬੰਦਾ ਨਾ ਹੋਵੇ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਹੋ ਸਕੇ ਇਹ ਗੱਲ ਆਪਣੇ ਧਿਆਨ ਚ ਰੱਖੋ ਸਾਰੇ ਬੰਦੇ ਜਿੱਥੇ ਖੜੇ ਹੋ ਖੜੇ ਜਾਓ ਕੋਈ ਟਰੈਕ ਨੂੰ ਕ੍ਰਾਸ ਨਾ ਕਰੇ ਸਾਡੇ ਵਲੰਟੀਅਰ ਵੀਰਾਂ ਨੂੰ ਬੇਨਤੀ ਹੈ ਥੋੜਾ ਧਿਆਨ ਨਾਲ ਛੱਡੋ ਜੀ ਇੱਕ ਨੰਬਰ ਰੇਸ ਡੰਮੀ ਪਹੁੰਚ ਚੁੱਕੀ ਹੈ ਜੀ ਕੁੱਤੇ ਲੈ ਜਾਓ ਬਾਈ ਦਰਸ਼ਕ ਵੀਰੋ ਵੀਰ ਜੀ ਹੁਣ ਸਾਡੀ ਬਹੁਤ ਤੁਹਾਨੂੰ ਪ੍ਰਜੋਰ ਅਪੀਲ ਹੈ ਜਿੱਥੇ ਜਿੱਥੇ ਖੜੇ ਹੋ ਹੱਥ ਬੰਨ ਕੇ ਅਰਜ ਹੈ ਤੁਹਾਡਾ ਆਪਦਾ ਟੂਰਨਾਮੈਂਟ ਹੈ ਕਿਸੇ ਦਾ ਬਗਾਨਾ ਨਾ ਵੀਰ ਹੁਣ ਇੱਧਰ ਨੂੰ ਨਾ ਆਓ ਡੋਰ ਆਉਣ ਲੱਗਿਆ ਵੀਰ ਜੀ ਹੁਣ ਨਾ ਆਉਣ ਦਿਓ ਸਾਡੀ ਪੁਲਿਸ ਮੁਲਾਜ਼ਮ ਵੀਰਾਂ ਨੂੰ ਬੇਨਤੀ ਹੈ ਇਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰ ਦਿਓ ਬਹੁਤ ਹੀ ਸੰਜੀਦਗੀ ਦੇ ਨਾਲ ਟੂਰਨਾਮੈਂਟ ਹੋਇਆ ਇਹ ਤੋਂ ਬਾਅਦ ਜਿਹੜੀਆਂ ਡੋਰਾਂ ਆਉਣੀਆਂ ਨੇ 19-21 ਦੇ ਫਰਕ ਨਾਲ ਆਉਣੀਆਂ ਨੇ ਔਰ ਬਹੁਤ ਹੀ ਧਿਆਨ ਦੇ ਨਾਲ ਕੋਈ ਵੀ ਨਾ ਲਓ ਜੀ ਪਹਿਲੀ ਡੋਰ ਪੱਡਾ ਲਾਲ ਜਿੱਤ ਗਿਆ ਜੀ ਬਰੈਗੋ ਪ੍ਰਾਇਕੋਟ ਦਾ ਕੁੱਤਾ ਬਲੈਕ ਸਟੋਨ ਕਾਲਾ ਜਿੱਤ ਗਿਆ ਜੀ ਲਿਆਓ ਜੀ ਦੋ ਨੰਬਰ ਰੇਸ ਰੁਪਿੰਦਰਜੀਤ ਸਿੰਘ ਜੀ ਸਮਰਾਲਾ ਦਾ ਕੁੱਤਾ ਟੌਮ ਕਰੂਜ਼ ਕਾਲਾ ਪੱਡਾ ਲਾਲ ਇਹਦਾ ਵਾਲਾ ਬਰੈਗੋ ਪ੍ਰਾਇਕੋਟ ਦਾ ਕੁੱਤਾ ਟੋਕਰ ਡਰਬੋ ਪੱਡਾ ਸਫੈਦ ਪਾ ਕੇ ਲਿਆਓ ਜੀ ਮੈਦਾਨ ਦੇ ਵਿੱਚ ਬਾਈ ਟਰੈਕ ਨਾ ਕ੍ਰੋਸ ਕਰੋ ਉਹ ਕਈ ਸ਼ਿਕਾਰੀ ਵੀਰੇ ਵਹਿਮ ਕਰ ਲੱਗ ਜਾਂਦੇ ਨੇ ਵੀ ਆਹ ਫਲਾਣਾ ਲੰਘ ਗਿਆ ਮੇਰਾ ਤਾਂ ਹਰ ਗਿਆ ਲੈ ਦੱਸ ਤੁਹਾਨੂੰ ਕੀ ਮਿਲ ਗਿਆ ਲੰਘ ਕੇ ਹੁਣ ਵਿੱਚ ਵੀ ਸ਼ਿਕਾਰੀ ਵੀਰੋ ਲਿਆਓ ਕਰਾ ਛੇਤੀ ਛੇਤੀ ਟਾਈਮ ਜਾਂਦਾ ਹਿੰਮਤ ਨਾ ਲੈ ਕੇ ਆਓ ਵੀਰ ਬਣ ਕੇ ਲਿਆਓ ਜੀ ਦੋ ਨੰਬਰ ਰੇਸ ਮੈਦਾਨ ਦੇ ਵਿੱਚ ਤਿੰਨ ਨੰਬਰ ਕਰੋ ਜੀ ਤਿਆਰ ਬਰਾਇ ਕਰੋ ਪ੍ਰਾਇ ਕੋਟ ਦਾ ਕੁੱਤਾ ਉਹ ਬਾਈ ਟਰੈਕ ਕਾਹਦੇ ਕ੍ਰਾਸ ਕਰੀ ਜਾਂਦੇ ਹੁਣ ਭੁੱਖ ਲੱਗੀ ਤੁਹਾਨੂੰ ਬਹਿ ਜਾਓ ਜਿੱਥੇ ਬੈਠੇ ਹੋ ਅਸੀਂ ਵਾਰੀ ਵਾਰੀ ਕਹਿੰਦੇ ਤੁਹਾਨੂੰ ਤਿੰਨ ਨੰਬਰ ਤਿਆਰ ਕਰੋ ਬਰਾਇ ਕਰੋ ਪ੍ਰਾਇ ਕੋਟ ਦਾ ਕੁੱਤਾ ਡੈਮਸ ਕਾਲਾ ਡੱਬਾ ਪੱਡਾ ਲਾਲ ਇਹਦਾ ਮੁਕਾਬਲਾ ਜਸਪਾਲ ਸਿੰਘ ਜੱਲੋਵਾਲ ਦਾ ਕੁੱਤਾ ਰੌਬਟ ਲਾਲ ਪੱਡਾ ਸਫੈਦ ਪਾ ਕੇ ਤਿਆਰ ਰੱਖੋ ਜੀ ਛੱਡੋ ਜੀ ਦੋ ਨੰਬਰ ਚਲੋ ਬਈ ਚਲੋ ਡੰਮੀ ਖਿੱਚੋ ਬਿੱਲੇ ਕਿੱਧਰ ਦੇ ਆਂਦਰਾ ਵੀਰੇ ਕੋਈ ਟਿੱਕਾ ਦਾ ਪੱਡਾ ਲਾਲ ਜਿੱਤ ਗਿਆ ਜੀ ਰੁਪਿੰਦਰਜੀਤ ਸਿੰਘ ਸਮਰਾਲਾ ਦਾ ਕੁੱਤਾ ਟੌਮ ਕਰੂਜ਼ ਕਾਲਾ ਬਾਈ ਜੀ ਜਿਹੜੀ ਜੂਰੀ ਵਾਲੀਆਂ ਕੁਰਸੀਆਂ ਨੇ ਬੰਦੇ ਪਿੱਛੇ ਹੋ ਜਾਓ ਕਿਉਂ ਅੱਗੇ ਨੂੰ ਆਈ ਜਾਂਦੇ ਹੋ ਚਾਰ ਰੇਸਾਂ ਰਹਿ ਜਾਂਦੇ ਬਾਕੀ ਸਾਰੀਆਂ ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦ ਕਰ ਰਹੇ ਜੀ ਮਾਸਟਰ ਗੁਰਮੇਲ ਸਿੰਘ ਜੀ ਚੱਲੀਆਂ ਉਹਨਾਂ ਕੰਨੇ ਵੀ ਸਾਨੂੰ 2100 ਰੁਪਏ ਦਾ ਯੋਗਦਾਨ ਆਇਆ ਜੀ
ਉਹਨਾਂ ਦੇ ਬੇਟੇ ਬਣੇ ਹੋ ਜੀ 2100 ਰੁਪਏ ਦਾ ਯੋਗਦਾਨ ਆਇਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਸਰਦਾਰ ਮਾਸਟਰ ਗੁਰਵੇਲ ਸਿੰਘ ਜੀ ਚੱਲਿਆ ਜੀ ਲਿਆਓ ਜੀ ਤੈਨੂੰ ਬਲ ਕਰੋ ਪ੍ਰੈਕੋਟ ਦਾ ਕੁੱਤਾ ਡੈਪਸ ਕਾਲ ਡੱਬਾ ਪੜਾ ਲਾਲ ਇਹਦਾ ਮੁਕਾਬਲਾ ਜਸਪਾਲ ਸਿੰਘ ਜੰਨੋਵਾਲ ਦਾ ਕੁੱਤਾ ਰੌਮਟ ਲਾਲ ਪੜਾ ਸਫੈਦ ਪਾ ਕੇ ਲਿਆਓ ਜੀ ਮੈਦਾਨ ਚ ਦੋਸਤੋ ਵੀਰੇ ਹੱਥ ਬੰਨ ਕੇ ਬੇਨਤੀ ਹੈ ਡਰੰਮੀ ਘੁਮਾਉਣ ਵਾਲੇ ਨੂੰ ਪਤਾ ਨਹੀਂ ਲੱਗਦਾ ਫਿਰ ਤੁਸੀਂ ਕਹਿਣਾ ਕਸੂਰ ਹੈ ਮਾੜੀ ਜਿਹੀ ਗੱਲ ਤੇ ਤਿੜਕ ਧਾਂਸ ਹੋ ਜਾਣੀ ਆ ਥੋੜਾ ਥੋੜਾ ਡਰੰਮੀ ਵਾਲੇ ਨੂੰ ਸਿਰੇ ਤੱਕ ਦਿਖਣ ਦੋ ਵੀਰ ਜੀ ਇਹਨੂੰ ਪਤਾ ਨਹੀਂ ਲੱਗਦਾ ਲਓ ਤੀਜੀ ਡੋਰ ਆਉਣ ਲੱਗੀ ਹੈ ਸੈਮੀ ਫਾਈਨਲ ਦੀ ਤੀਜੀ ਡੋਰ ਕੁਆਟਰ ਫਾਈਨਲ ਦੀ ਤੀਜੀ ਡੋਰ ਆ ਰਹੀ ਹੈ ਜੀ ਪਿੱਛੇ ਨੂੰ ਹੋ ਜਾਏ ਥੋੜਾ ਥੋੜਾ ਵੀਰ ਜੀ ਉਹ ਡਰੰਮੀ ਵਾਲੇ ਬਿੱਲੇ ਨਿਗਾਹ ਰੱਖ ਕੇ ਘੁਮਾਈ ਬਈ ਬਿੱਲੇ ਬੰਦੇ ਪਰੇ ਕਰ ਰਹੇ ਜੇ ਕੋਈ ਕੋਲ ਖੜਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਲਾਈਟ ਬਨ.com ਜਿਹੜਾ ਕਿ ਵਿਦੇਸ਼ ਬੈਠੇ ਸਾਡੇ ਸ਼ਿਕਾਰੀ ਭਾਈਚਾਰਾ ਇਹ ਖੇਡ ਦਾ ਨਜ਼ਾਰਾ ਲੈ ਰਿਹਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਪੰਜਾਬ ਲਾਈਵ .com ਪਟਾ ਲਾਲ ਜਿੱਤ ਗਿਆ ਜੀ ਬਰੈਗੋ ਪ੍ਰੈਕੋਟ ਦਾ ਕੁੱਤਾ ਡੈਪਸ ਕਾਲਾ ਡੱਬਾ ਜਿੱਤ ਗਿਆ ਜੀ ਲਿਆਓ ਜੀ ਚਾਰ ਨੰਬਰ ਰੇਸ ਰਾਜਾ ਮੋਖਾ ਬਸੀ ਜਲਾਲ ਦਾ ਕੁੱਤਾ ਜੂਨੀਅਰ ਲੀਗ ਕਾਲਾ ਇਹਦੇ ਪਟਾ ਲਾਲ ਪਾਲਾ ਸੁਖਵੰਤ ਸਿੰਘ ਬੋਹੜ ਦਾ ਕੁੱਤਾ ਜੌਨ ਟੈਰੀ ਕਾਲਾ ਪਟਾ ਸਫੈਦ ਪਾ ਕੇ ਲਿਆਓ ਜੀ ਮੈਦਾਨ ਚ ਛੱਡੋ ਜੀ ਚਾਰ ਨੰਬਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਰਦਾਰ ਰੇਸ਼ਮ ਸਿੰਘ ਜੀ ਖਰਚਾ ਲਿਆਓ ਜੀ ਕੱਢੋ 1500 ਰੁਪਇਆ ਆਹ ਤਿੰਨ ਨੰਬਰ ਡੋਰ ਦੀ ਅਪੀਲ ਆਈ ਹੈ ਜੀ ਜੂਰੀ ਨੋਟ ਕਰ ਰਹੇ ਤਿੰਨ ਨੰਬਰ ਡੋਰ ਦੀ ਅਪੀਲ ਆਈ ਹੈ ਜੀ ਛੱਡੋ ਬਈ ਛੱਡੋ ਚਾਰ ਨੰਬਰ ਪਟਾ ਲਾਲ ਜਿੱਤ ਗਿਆ ਜੀ ਰਾਜਾ ਮੋਖਾ ਬਸੀ ਜਲਾਲ ਦਾ ਕੁੱਤਾ ਜੂਨੀਅਰ ਲੀਗ ਕਾਲਾ ਜਿੱਤ ਗਿਆ ਜੀ ਲਓ ਜੀ ਜੂਰੀ ਨੂੰ ਬੇਨਤੀ ਆ ਵੀ ਅਪੀਲ ਆ ਕੇ ਦੇਖੋ ਜੀ ਤਿੰਨ ਨੰਬਰ ਡੋਰ ਦੀ ਅਪੀਲ ਆਈ ਹੈ ਜੀ ਹੁਣ 5 ਮਿੰਟ ਦੀ ਰੈਸਟ ਹੈ ਜੀ ਮੇਰੇ ਕੋਲ 1500 ਰੁਪਇਆ ਅਜੇ ਕਪੂਰ ਆ ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੇ ਅੱਜ ਦੇ ਜੋ NRI ਵੀਰਾਂ ਦੇ ਵਿੱਚ ਚਰਨਜੀਤ ਸਿੰਘ ਜੀ ਚੰਨੀ ਕੁਲਦੀਪ ਸਿੰਘ ਜੀ ਕੀਪਾ ਤੇ ਅਜੀਤ ਸਿੰਘ ਜੀ ਧਨੌਲਾ ਜਿਨ੍ਹਾਂ ਵੱਲੋਂ ਸਾਨੂੰ 31,000 ਰੁਪਏ ਦੀ ਮਾਲੀ ਮਦਦ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹੈਪੀ ਸ਼ਾਦੀਪੁਰ ਜੀ ਪ੍ਰਦੀਪ ਰਾਜ ਸਿੰਘ ਜੀ ਰੋਮੀ ਲਦੜਾ ਪਿਰਤਪਾਲ ਸਿੰਘ ਜੀ ਪੋਲਾ ਸਰਪੰਚ ਧਨੌਰ ਤੇਜਪਾਲ ਸਿੰਘ ਜੀ ਠੇਕੇਦਾਰ ਰੇਸ਼ਮ ਸਿੰਘ ਜੀ ਗਰਚਾ ਢੰਡਾਰੀ ਬਹੁਤ ਧੰਨਵਾਦ ਕਰਦੇ ਹਾਂ ਜੀ ਇਹਨਾਂ ਦਾ ਜਿਹੜੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਜੀ ਗੁਰਿੰਦਰ ਸਿੰਘ ਜੀ ਗਿੰਦੀ ਨਸਰਾਲੀ ਬੋਨੀ ਗਿੱਲ ਬੌਂਦਲੀ ਹਰਕੇਸ਼ ਸਿੰਘ ਗੱਬਰ ਸੰਗਤਪੁਰਾ ਰਣਜੋਤ ਸਿੰਘ ਜੋਧਾ ਟੰਗਰਾਲੀ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਇਸ ਟੂਰਨਾਮੈਂਟ ਵਾਸਤੇ ਹਾਂਜੀ ਜਿਹੜੇ ਅੱਜ ਦੀ ਖੇਡ ਨੂੰ ਸਾਡੇ ਸਪੌਂਸਰ ਕਰਦੇ ਨੇ ਉਹਨਾਂ ਦੇ ਵਿੱਚ ਪਰਮਿੰਦਰ ਸਿੰਘ ਜੀ ਬਡਲਾ ਬਲਜੀਤ ਸਿੰਘ ਜੀ ਲਾਲ ਕਲਾਂ ਪਰਮਿੰਦਰ ਸਿੰਘ ਜੀ ਡੂਮਛੇੜੀ ਨਿਰਮਲ ਸਿੰਘ ਘਰੋਟੀ ਜਾਦਵਿੰਦਰ ਸਿੰਘ ਜੀ ਜੋਤ ਫਤਿਹਪੁਰ ਜੱਟਾ ਹੈਪੀ ਸ਼ਾਦੀਪੁਰ ਰਣਵਿਜੇ ਸਿੰਘ ਸੋਨੀ ਹਵਾਸ
ਹਰਪਿੰਦਰ ਜੀ ਸਿੰਘ ਜੀ, ਰਿੰਪੀ ਸਮਰਾਲਾ, ਅਮਰਦਾਸ ਜੀ ਢਿਲਵਾਂ, ਅਜੀਤ ਸਿੰਘ ਜੀ ਧਨੌਲਾ, ਹਰਪ੍ਰੀਤ ਸਿੰਘ ਜੀ ਰਾਜਗੜ੍ਹ, ਜਸਕਰਨ ਸਿੰਘ ਅਮੀਰਪੁਰ, ਮਾਸਟਰ ਭਜਨ ਸਿੰਘ ਜੀ ਕੋਟਲਾ ਮਸੂਦ, ਮੇਜਰ ਸਿੰਘ ਜੀ ਨਾਗਰਾ, ਹਰਪ੍ਰੀਤ ਸਿੰਘ ਜੀ ਗਰੇਵਾਲ ਖੰਨਾ, ਅਰੋੜਾ ਸਿੰਘ ਜੀ ਮਹਿੰਦੀਪੁਰ, ਦਰਸ਼ਨ ਸਿੰਘ ਜੀ ਮਾਨਕੀ, ਬਹਾਦਰ ਸਿੰਘ ਜੀ ਬਲੀਵਾਲ ਤੇ ਧਿੰਦੀ ਛੱਜੂ ਮਾਜਰਾ ਜੀ। ਇਹ ਅੱਜ ਦੇ ਸਾਡੇ ਮੇਨ ਸਪੌਂਸਰ ਨੇ ਜੀ, ਜਿਨ੍ਹਾਂ ਦੇ ਉਪਰਾਲੇ ਸਰਕਾ ਖੇਡ ਹੁੰਦੀ ਹੈ ਜੀ। ਬਹੁਤ ਬਹੁਤ ਧੰਨਵਾਦ ਕਰ ਰਹੇ ਜਵਾਲਾ ਸਿੰਘ ਜੀ ਥਿੰਦ, ਸਾਡੇ ਤਹਿਸੀਲਦਾਰ ਸਾਹਿਬ ਜਸਵਿੰਦਰ ਸਿੰਘ ਜੀ ਟਵਾਣਾ, ਉਹ ਵੀ ਸਾਡੇ 'ਚ ਪਹੁੰਚੇ ਨੇ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪੁਰਾਣੇ ਸ਼ਿਕਾਰੀ ਨੇ ਸਾਡੇ ਭਾਈਆਂ ਵਰਗਾ ਪਿਆਰ ਰੱਖਦੇ ਨੇ, ਸਰਦਾਰ ਕੁਸ਼ਲਦੀਪ ਸਿੰਘ ਜੀ ਢਿੱਲੋਂ ਜਿਹੜੇ ਕਿ ਸਾਡੇ ਬੋਰਡ ਦੇ ਪ੍ਰਧਾਨ ਨੇ, ਉਹਨਾਂ ਦਾ ਬਹੁਤ ਧੰਨਵਾਦ ਹੈ ਜੀ। ਪੰਜਾਬ ਸਰਕਾਰ ਦੀ ਤਰਫੋਂ ਆਏ ਸ੍ਰੀ ਕ੍ਰਿਸ਼ਨ ਕੁਮਾਰ ਜੀ ਤੇ ਮਿਸਟਰ ਗੋਇਲ ਜੀ, ਜੋ ਕਿ MD ਨੇ PIDB ਪੰਜਾਬ ਦੇ, ਉਹਨਾਂ ਦਾ ਵੀ ਬਹੁਤ ਧੰਨਵਾਦ ਆ, ਹਾਜ਼ਰੀ ਲਵਾ ਕੇ ਗਏ ਨੇ ਤੇ ਸਾਡੇ ਇਸ ਟੂਰਨਾਮੈਂਟ ਦੀ ਰੌਣਕ ਵਧਾ ਕੇ ਗਏ ਨੇ ਜੀ। ਲਿਆਓ ਜੀ, ਬੜਾ ਗਰੁੱਪ ਰਾਜਕੋਟ ਦਾ ਕੁੱਤਾ ਬਲੈਕ ਸਟੋਨ ਕਾਲਾ ਪੱਟਾ ਲਾਲ ਪਾ ਲਿਆਓ, ਹਰਪਿੰਦਰਜੀਤ ਸਿੰਘ ਜੀ ਸਮਰਾਲਾ ਦਾ ਕੁੱਤਾ ਟਾਊਨ ਕਰੂਜ਼ ਕਾਲਾ ਪੱਟਾ ਸਫੈਦ ਪਾ ਕੇ ਲਿਆਓ ਜੀ ਮੈਦਾਨ 'ਚ। ਹਾਂ ਦੱਸੋ ਜੀ ਕੀ ਫੈਸਲਾ ਹੈ ਜੂਰੀ ਦਾ ਅਪੀਲ ਤੇ? ਜੂਰੀ ਦੱਸੋ ਜੀ ਕੀ ਫੈਸਲਾ ਜੂਰੀ ਦਾ? ਡੰਮੀ ਲੈ ਜਾਓ ਬਾਈ, ਲੱਕੀ ਕਿੱਥੇ ਮੋਟਰਸਾਈਕਲ ਲੈ ਕੇ ਡੰਮੀ ਲੈ ਜਾਓ। ਅੱਛਾ, ਮਨਦੀਪ ਸਿੰਘ ਭੰਗਲਾ, ਅਪੀਲ ਰਹਿੰਦੀ ਹੈ, ਅਪੀਲ ਦੇਖਦੇ ਨੇ, ਅਪੀਲ ਹਾਂਜੀ, ਕਿੰਨਾ ਕੁ ਦੇਰ ਆ ਜੀ, ਫੈਸਲਾ ਨੀ ਆਇਆ ਜੂਰੀ? ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਵਾਲਾ ਸਿੰਘ ਜੀ ਥਿੰਦ, ਜਿਹੜੇ ਕਿ ਪੰਜਾਬ ਕੇਸਰੀ ਜਗਬਾਣੀ ਤੋਂ ਸਾਡੇ ਕੋਲ ਪੱਤਰਕਾਰ ਪਹੁੰਚੇ ਨੇ, ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ। ਹਾਂ ਜੀ ਦਿਓ ਜੀ, ਜੂਰੀ ਮੈਂਬਰ ਫੈਸਲਾ ਦਿਓ ਜੀ, ਆਪਾਂ ਰੌਡ ਸ਼ੁਰੂ ਕਰਾਈਏ ਜੀ।
ਕੀ ਫੈਸਲਾ ਬਲਜੀਤ? ਹਾਂ ਜੀ, ਜਿਹੜਾ ਫੈਸਲਾ ਸੀਗਾ ਜੀ ਬਰਕਰਾਰ ਆ ਜੀ, ਉਸ ਦੇ ਵਿੱਚ ਪ੍ਰੈਕੋਰਟ ਦਾ ਕੁੱਤਾ ਡੇਮਸ ਕਾਰ ਡੱਬਾ ਜੇਤੂ ਆ ਜੀ। ਲਿਆਓ ਜੀ ਪਹਿਲੇ ਸੈਮੀਫਾਈਨਲ ਵਾਸਤੇ ਲਿਆਓ ਜੀ, ਇੱਕ ਨੰਬਰ ਇਸ ਬਰਗਰ ਪ੍ਰੈਕੋਰਟ ਦਾ ਕੁੱਤਾ ਬਲੈਕ ਸਟੋਨ ਕਾਲਾ ਪੱਡਾ ਲਾਲ ਪਾ ਲਿਆਓ, ਰੁਪਿੰਦਰਜੀਤ ਸਿੰਘ ਜੀ ਸਮਰਾਲਾ ਦਾ ਕੁੱਤਾ ਟੌਮ ਕਰੂਜ਼ ਕਾਲਾ ਪੱਡਾ ਸਫੈਦ ਪਾ ਕੇ ਲਿਆਓ ਜੀ ਮੈਦਾਨ 'ਚ। ਬਾਈ ਜੀ ਉਹ ਟਰੈਕ ਦਾ ਕੋਈ ਵੀ ਕਲਾਸ ਕਰੋ, ਰੇਸਾਂ ਗਿਣਤੀ ਜੇ ਰਹਿ ਗਈਆਂ ਤਿੰਨ। ਸਾਜਨ ਸਾਜਨ ਥੋੜ੍ਹਾ ਪਿੱਛੇ ਹੋ ਜਾਓ ਬਾਈ। ਲਿਆਓ ਜੀ ਪਹਿਲੀ ਸੈਮੀਫਾਈਨਲ ਰੇਸ ਬਾਈ, ਉਹ ਟਰੈਕ ਵਾਲੇ ਬੰਦੇ ਕੋਲ ਕਿਸੇ ਨੇ ਬੰਦੇ ਨਹੀਂ ਖੜਨਾ ਹੈਗਾ ਧਿਆਨ ਰੱਖੋ ਜੀ। ਲਿਆਓ ਜੀ ਕੁੱਤੇ, ਕੋਈ ਬੰਦਾ ਟਰੈਕ ਨੂੰ ਕ੍ਰੋਸ ਨਾ ਕਰੋ ਜੀ। ਜੱਸੀ ਕੈਮਰਾ ਲਾਵੇ ਕੈਮਰਾ, ਚਲੋ ਜੀ ਲਓ ਜੀ ਪਹਿਲੀ ਸੈਮੀਫਾਈਨਲ ਰੇਸ ਭੱਜਣ ਲੱਗੀ ਆ। ਜੱਜ ਸਾਹਿਬ ਕੁਰਸੀ ਸ਼ੋਭ ਦੋ ਜੀ। ਦੂਜਾ ਸੈਮੀਫਾਈਨਲ ਬਰਗ ਨੂੰ ਪ੍ਰੈਕੋਰਟ ਦਾ ਕੁੱਤਾ ਡੈਮਸ ਕਾਲਾ ਡੱਬਾ ਪੱਡਾ ਲਾਲ ਪਾਗੇ, ਇਲਮ ਕਾਲਾ ਰਾਜਾ ਮੋਖਾ, ਬਸੀ ਜਲਾਲ ਦਾ ਕੁੱਤਾ ਜੂਨੀਅਰ ਲੀਗ ਕਾਲਾ ਪੱਡਾ ਸਫੈਦ ਪਾਗੇ ਤਿਆਰ ਰੱਖੋ ਜੀ। ਲਿਆਓ ਜੀ ਮਗਰੇ ਉਹ ਵੀ ਕੁੱਤੇ ਜੀ। ਪੱਡਾ ਸਫੈਦ ਜਿੱਤ ਗਿਆ ਜੀ, ਰੁਪਿੰਦਰਜੀਤ ਸਿੰਘ ਸਮਰਾਲਾ ਦਾ ਕੁੱਤਾ ਟੌਮ ਕਰੂਜ਼ ਕਾਲਾ ਜਿੱਤ ਗਿਆ ਜੀ। ਲਿਆਓ ਜੀ ਦੋ ਨੰਬਰ ਇਸ ਬਰਗ ਨੂੰ ਪ੍ਰੈਕੋਰਟ ਦਾ ਕੁੱਤਾ ਡੈਮਸ ਕਾਲਾ ਡੱਬਾ ਪੱਡਾ ਲਾਲ, ਇਹਦਾ ਵਗੈਰਾ ਰਾਜਾ ਮੋਖਾ, ਬਸੀ ਜਲਾਲ ਦਾ ਕੁੱਤਾ ਜੂਨੀਅਰ ਲੀਗ ਕਾਲਾ ਪੱਡਾ ਸਫੈਦ ਪਾ ਕੇ ਲਿਆਓ ਜੀ ਮੈਦਾਨ 'ਚ। ਲਿਆਓ ਜੀ ਦੋ ਨੰਬਰ ਇਹ, ਜਲਦੀ ਕਰੋ ਵੀਰ, ਡੰਮੀ ਪਹੁੰਚ ਚੁੱਕੀ ਆ, ਕੁੱਤੇ ਲੈ ਕੇ ਪਹੁੰਚੋ ਉੱਥੇ। ਬਾਈ ਜੀ ਕੋਈ ਕ੍ਰੋਸ ਨਾ ਕਰੋ ਜੀ। ਹਾਂਜੀ ਤੀਜਾ ਚੌਥਾ ਭਜਾ ਕੇ ਜੀ, ਭਜਾ ਕੇ ਭਜਾ ਕੇ ਭਜਾ ਕੇ ਤੀਜਾ ਚੌਥਾ। ਹਾਂਜੀ ਤੀਜੀ ਤੇ ਚੌਥੀ ਪੋਜੀਸ਼ਨ ਭਜਾ ਕੇ ਕੱਢੀ ਜਾਊਗੀ ਜੀ ਕੁੱਤਿਆਂ ਦੇ ਵੀਰ, ਨੋਟ ਕਰ ਲਿਓ ਜੀ ਤੀਜੀ ਤੇ ਚੌਥੀ ਪੋਜੀਸ਼ਨ ਭਜਾ ਕੇ ਕੱਢੀ ਜਾਊਗੀ ਜੀ। ਲਿਆਓ ਜੀ ਦੋ ਨੰਬਰ ਇਸ, ਕੀ ਗੱਲ ਆ ਜੀ ਦੂਜਾ ਸੇਮ ਪਹਿਲੇ ਕਿਉਂ ਨੀ ਆਇਆ ਹੈਗਾ ਬਾਈ, ਕੀ ਗੱਲ ਆ, ਅਸੀਂ ਹਾਕਾ ਮਾਰਦੇ ਤੁਸੀਂ ਆਉਂਦੇ ਕਿਉਂ ਨੀ ਗਏ? ਬਰਾਗਰੋ ਪ੍ਰਾਈਕੋਰਟ ਦਾ ਕੁੱਤਾ ਡੇਮਸ ਕਾਲ ਡੱਬਾ ਪੱਡਾ ਲਾਲ, ਰਾਜਾ ਮੋਖਾ, ਵਸੀ ਜਲਾਲ ਦਾ ਕੁੱਤਾ ਜੂਨੀਅਰ ਲੀ ਕਾਲਾ। ਮੇਰਾ ਯਾਰ ਉੱਥੇ ਕਾਰਡ ਜਿਹਾ ਫੇਕ ਹੋ ਜਾਂਦਾ, ਉਹ ਇੱਥੇ ਕਾਰਡ ਜਿਹਾ ਰੱਖਿਆ ਸੀਗਾ ਜੀ ਫੋਰ ਜੀ ਇਹਨਾਂ ਦਾ, ਉਹ ਹੋ ਜਾਂਦਾ। ਛੱਡੋ ਜੀ ਦੋ ਨੰਬਰ, ਪੱਡਾ ਲਾਲ ਜਿੱਤ ਗਿਆ ਜੀ, ਪ੍ਰੈਕੋਰਟ ਦਾ ਕੁੱਤਾ ਡੇਮਸ ਕਾਲਾ ਡੱਬਾ ਜਿੱਤ ਗਿਆ ਜੀ। ਹਾਂਜੀ ਪੰਜ ਮਿੰਟ ਦੀ ਰਾਇਤਾ ਜੀ, ਨੋਟ ਕਰ ਲਿਓ ਬਈ, ਹੁਣ ਧਿਆਨ ਰੱਖਿਓ ਅੱਜ ਦੇ 115 ਕੁੱਤਿਆਂ ਦੇ ਵਿੱਚੋਂ ਜੋ ਸਾਡੇ ਸਾਹਮਣੇ ਕਰੀਮ ਆਈ ਆ ਦੋ, ਹਾਂਜੀ ਸਾਡੇ ਅੱਜ ਦੇ 115 ਕੁੱਤਿਆਂ ਦੇ ਵਿੱਚੋਂ ਜੋ ਦੋ ਕੁੱਤੇ ਫਾਈਨਲ ਰੇਸ ਭੱਜਣਗੇ ਜੀ, ਉਹਨਾਂ ਦੇ ਵਿੱਚ ਰੁਪਿੰਦਰਜੀਤ ਸਿੰਘ ਜੀ ਸਮਰਾਲਾ ਦਾ ਕੁੱਤਾ ਟੌਮ ਕਰੂਜ਼ ਕਾਲਾ ਪੱਡਾ ਲਾਲ, ਇਹਦਾ ਮੁਕਾਬਲਾ ਪ੍ਰੈਕੋਰਟ ਦਾ ਕੁੱਤਾ ਜੂਨੀਅਰ ਲੀਗ ਕਾਲਾ, ਇਹਦੇ ਪੱਡਾ ਸਫੈਦ ਹੋਊਗਾ ਜੀ। ਤੀਜੀ ਤੇ ਚੌਥੀ ਪੋਜੀਸ਼ਨ ਵਾਸਤੇ ਭੱਜਣਗੇ ਜੀ, ਪ੍ਰੈਕੋਰਟ ਦਾ ਕੁੱਤਾ ਬਲੈਕ ਸਟੋਨ ਕਾਲਾ ਪੱਡਾ ਲਾਲ ਹੋਊਗਾ, ਇਹਦਾ ਮੁਕਾਬਲਾ ਰਾਜਾ ਮੋਖਾ, ਬਸੀ ਜਲਾਲ ਦਾ ਕੁੱਤਾ ਜੂਨੀਅਰ ਲੀਗ ਕਾਲਾ, ਇਹਦੇ ਪੱਡਾ ਸਫੈਦ ਹੋਊਗਾ ਜੀ। ਹੁਣ ਤੋਂ ਸਹੀ 7 ਮਿੰਟ ਬਾਅਦ ਜੀ ਟੂਰਨਾਮੈਂਟਾਂ ਦੇ ਕਦੇ ਰਾਜਾ ਰੋਲਾ ਜਾਂਦਾ ਇਹਨਾਂ ਦਾ।
ਲਿਆਓ ਨਾਮ ਪਾਈ ਜਾਂਦੇ ਆ ਪਹਿਲਾਂ ਦੂਜਾ ਲਿਖ ਦਿਓ ਨੌ ਬਾਅਦ ਲਿਖ ਦਿਓ ਨੌ ਤਾਂ ਲਿਖਣੀ ਦਸ ਪਹਿਲਾਂ ਦਸ ਕੱਟ ਲਓ ਦਸਵੀਂ ਹੁਣ ਦਸਵੀਂ ਕੱਟੇ ਬਾਈ ਕੁੱਤੇ ਵਾਲੇ ਵੀਰ ਨੋਟ ਕਰ ਲਿਓ ਕੁਆਟਰ ਫਾਈਨਲ ਦੇ ਵਿੱਚ ਸਾਡੇ ਕੋਲ 7 8 ਕੁੱਤੇ ਵੱਜਦੇ ਸੀਗੇ ਪਰ ਨਾਮ 10 ਕੁੱਤਿਆਂ ਨੂੰ ਆਪਣਾ ਧਿਆਨ ਨਾਲ ਜਾਇਓ ਵੀਰ ਆਪਣਾ ਨਾਮ ਲੈ ਜਾਓ ਜਿਹਦਾ ਹੋਇਆ ਨੌਵਾਂ ਤੇ ਦਸਵਾਂ ਨਾਮ ਇਹ ਚੀਜ਼ ਦਾ ਧਿਆਨ ਰੱਖਿਓ ਨੌਵਾਂ ਤੇ ਦਸਵਾਂ ਨਾਮ ਜਿਹਦਾ ਆਊਗਾ ਉਹ ਆਪਣਾ ਲੈ ਕੇ ਜਾਇਓ ਹੈਲੋ ਜਿੰਨੇ ਵੀ ਕਬੂਤਰਾਂ ਵਾਲੇ ਵੀਰ ਆਏ ਨੇ ਸਾਰੇ ਨੋਟ ਕਰਨਾ ਡੂਮ ਛੇੜੀ ਦੇ ਵਿੱਚ ਬਾਜੀ ਹੋ ਰਹੀ ਆ ਉਹਦੀਆਂ ਐਂਟਰੀਆਂ ਹੋਣੀਆਂ 3000 ਰੁਪਇਆ ਐਂਟਰੀ ਆ ਜਿਹੜਾ ਵੀ ਕਰਵਾਉਣੀ ਚਾਹੁੰਦਾ ਪਹਿਲਾਂ ਕਰਵਾ ਸਕਦਾ ਡੂਮ ਛੇੜੀ ਖਾੜੇ ਦੇ ਵਿੱਚ ਜਾ ਕੇ ਸੰਪਰਕ ਕਰ ਸਕਦਾ 3000 ਰੁਪਇਆ ਐਂਟਰੀ ਆ ਜਿੰਨੇ ਵੀ ਕਬੂਤਰ ਪਹਿਲਾਂ ਐਂਟਰ ਹੋਣਗੇ ਉਹੀ ਛੱਡੇ ਜਾਣਗੇ ਸਪੈਸ਼ਲ ਨਾਮ ਦਿੱਤਾ ਜਾਊਗਾ ਤਰੀਕ ਮਈ ਦੇ ਮਹੀਨੇ ਦੇ ਵਿੱਚ ਹੋਊਗੀ ਉਹ ਮੌਕੇ ਤੇ ਦੂਜੇ ਕਲੱਬਾਂ ਦੇ ਨਾਲ ਸੰਪਰਕ ਕਰਕੇ ਰੱਖੀ ਜਾਊਗੀ ਸਾਡੇ 'ਚ ਪਹੁੰਚੇ ਨੇ ਜੀ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਸਰਦਾਰ ਦਰਸ਼ਨ ਸਿੰਘ ਜੀ ਬੌਂਦਲੀ ਇਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਹਰੇਕ ਸਾਲ ਵੀਰ ਬੜੀ ਚੰਗੀ ਕਵਰਿੰਗ ਕਰਦਾ ਤੇ ਬੜੀਆਂ ਚੰਗੀਆਂ ਖਬਰਾਂ ਲਾਉਂਦਾ ਸਰਦਾਰ ਜਵਾਲਾ ਸਿੰਘ ਜੀ ਥਿੰਦ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਆ ਸਾਡੇ ਐਨ ਆਰ ਆਈ ਵੀਰਾਂ ਦਾ ਜਿਹਨਾਂ ਦੇ ਸਹਿਯੋਗ ਸਦਕਾ ਪੰਜਾਬ ਲਾਈਵ 1.com ਜਿਹੜਾ ਕਿ ਵਿਦੇਸ਼ਾਂ ਦੇ ਵਿੱਚ ਇਹ ਸਿੱਧਾ ਮੇਲਾ ਦੇਖ ਰਿਹਾ ਕੁੱਤਿਆਂ ਦੇ ਸ਼ਕੀਨ ਕੁੱਤਿਆਂ ਦੀਆਂ ਦੌੜਾਂ ਦੇਖ ਰਹੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਲਾਈਵ 1.com ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੱਸੀ ਜੱਸੀ ਫੋਟੋ ਸਟੂਡੀਓ ਬੜੀ ਚੰਗੀ ਕਵਰਿੰਗ ਆ ਵੀਰ ਦੀ ਇਹਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਹਾਂਜੀ ਪਰਸੋਂ ਰੋਜ਼ ਤੋਂ ਸਾਨੂੰ ਬਹੁਤ ਸਹਿਯੋਗ ਹੈ ਜੀ ਸਰਦਾਰ ਮਨਦੀਪ ਸਿੰਘ ਜੀ ਪੰਗਲਾ ਬੜਾ ਸਹਿਯੋਗ ਦਿੱਤਾ ਇਸ ਵੀਰ ਨੇ ਵੀ ਇਹਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਮਾਮੂ ਸੁਹਾਵੀ ਜੀ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ ਹਾਂ ਬਾਈ ਨੋਟ ਕਰਿਓ ਇੱਕ ਜਿਹੜੀ 4 ਦਸੰਬਰ ਨੂੰ ਪਿੰਡ ਖਾਸੀ ਕਲਾਂ ਇੰਡੀਅਨ ਕੁੱਤਿਆਂ ਦੀ ਟਰੈਕ ਰੇਸ ਹੋਣੀ ਆ ਬਾਈ ਉਹ ਇਸੇ ਰੂਲ ਦੇ ਮੁਤਾਬਕ ਹੋਣੀ ਆ ਉੱਥੇ 12:30 ਵਜੇ ਤੋਂ ਬਾਅਦ ਕੋਈ ਐਂਟਰੀ ਲਈ ਜਾਊਗੀ ਇਹ ਕੁੱਤਿਆਂ ਵਾਲੇ ਵੀਰ ਨੋਟ ਕਰ ਲਿਓ ਵੀ 12:30 ਵਜੇ ਤੋਂ ਬਾਅਦ ਕੋਈ ਐਂਟਰੀ ਲਈ ਜਾਊਗੀ 21,000 ਰੁਪਇਆ ਪਹਿਲਾ ਨਾਮ ਹੋਊਗਾ ਜੀ ਤੇ 8 ਦਸੰਬਰ ਨੂੰ ਕਾਮਰੇਡ ਰਜਿੰਦਰ ਸਿੰਘ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪਿੰਡ ਕਿਲਾ ਰੈਪੁਰ ਉੱਥੇ ਵੀ ਕੁੱਤਿਆਂ ਦੀ ਟਰੈਕ ਦੌੜਾਂ ਹੋ ਰਹੀਆਂ ਨੇ ਜੀ ਲਿਆਓ ਜੀ ਤੀਜੀ ਤੇ ਚੌਥੀ ਪੋਜੀਸ਼ਨ ਵਾਸਤੇ ਬਰਗ ਪ੍ਰਾਇਕ ਕੋਡ ਦਾ ਕੁੱਤਾ ਬਲੈਕ ਸਟੋਨ ਕਾਲਾ ਪਤਾ ਲਾਲ ਇਹਦਾ ਮੁਕਾ ਰਾਜਾ ਮੋਖਾ ਬਸੀ ਜਲਾਲ ਦਾ ਕੁੱਤਾ ਜੁਨੀ ਚਲੋ ਠੀਕ ਆ ਜੀ ਫਾਈਨਲ ਵਾਲੀ ਲਿਆਓ ਜੀ ਉਹ ਕਹਿੰਦੇ ਸੀ ਰਾਜਾ ਮੋਖਾ ਬਸੀ ਜਲਾਲ ਵਾਲੇ ਉਹਨਾਂ ਕੁੱਤੇ ਸੱਟ ਲੱਗੀ ਆ ਉਹਨਾਂ ਨੇ ਭਜਾਉਣਾ ਨਹੀਂ ਹੈਗਾ ਜੀ ਹਾਂਜੀ 12 ਦਸੰਬਰ ਨੂੰ ਪਿੰਡ ਵਜੀਰਪੁਰ ਕੁੱਤਿਆਂ ਦੀ ਟਰੈਕ ਦੌੜ ਹੋ ਰਹੀ ਹੈ ਜਿੱਥੇ ਮਿਕਸ ਕੁੱਤੇ ਹੀ ਦੌੜਨਗੇ ਜੀ ਪਿੰਡ ਵਜੀਰਪੁਰ 12 ਦਸੰਬਰ ਲਿਆਓ ਜੀ ਫਾਈਨਲ ਦੀ ਰੇਸ ਵਾਸਤੇ ਰੁਪਿੰਦਰਜੀਤ ਸਿੰਘ ਸਮਰਾਲਾ ਦਾ ਕੁੱਤਾ ਟੌਮ ਕਰੂਜ਼ ਕਾਲਾ ਪਟਾ ਲਾਲ ਇਹਦਾ ਮਗਲਾ ਪ੍ਰਾਇਕ ਕੋਡ ਦਾ ਕੁੱਤਾ ਜੂਨੀਅਰ ਰੀ ਡੇਵਸ ਕਾਲਾ ਡੱਬਾ ਪਟਾ ਸਫੈਦ ਬਾਗੇ ਲਿਆਓ ਜੀ ਮੈਦਾਨ ਚ ਬੋਲ ਤਾਂ ਬੋਲ ਤਾਂ ਦੱਸੋ
ਲਿਆਓ ਜੀ ਫਾਈਨਲ ਰੇਸ ਲਿਆਓ ਵੀਰ ਨੇ ਰਾਉਂਡ ਦਾ ਜੀ ਲਿਆਓ ਜਲਦੀ ਕਰੋ ਹਰਪਿੰਦਰਜੀਤ ਸਿੰਘ ਸਮਰਾਲਾ ਦਾ ਕੁੱਤਾ ਟੌਮ ਕਰੂਜ਼ ਕਾਲਾ ਪੜਾ ਲਾਲ ਬਰਗਰ ਪ੍ਰਾਇਕੋਟ ਦਾ ਕੁੱਤਾ ਡੇਵਸ ਕਾਲਾ ਡੱਬਾ ਪੜਾ ਸਫੈਲ ਪਾ ਕੇ ਲਿਆਓ ਜੀ ਮੈਦਾਨ ਚ ਤੀਜੀ ਪੋਜੀਸ਼ਨ ਹਾਸਲ ਕੀਤੀ ਹੈ ਬਰਗਰ ਪ੍ਰਾਇਕੋਟ ਦਾ ਕੁੱਤਾ ਬਲੈਕਸਟੋਨ ਕਾਲਾ ਚੌਥੀ ਪੋਜੀਸ਼ਨ ਰਾਜਾ ਮੋਖਾ ਬਸੀ ਜਲਾਲ ਦਾ ਕੁੱਤਾ ਜੂਨੀਅਰ ਲੀਗ ਕਾਲਾ ਇਹਨੇ ਚੌਥੀ ਪੋਜੀਸ਼ਨ ਹਾਸਲ ਕੀਤੀ ਹੈ ਸੱਟ ਵੱਜ ਗਈ ਇਹਦੇ ਲਿਆਓ ਜੀ ਕੁੱਤੇ ਬੜੇ ਪਾ ਕੇ ਆਪਣੇ ਮੈਦਾਨ ਦੇ ਵਿੱਚ ਇੰਡੀਅਨ ਖੇਡ ਆਹੋ ਉਹ ਸਾਨੂੰ ਆ ਕੇ ਦੱਸ ਕੇ ਗਿਆ ਬਾਰਾਂ ਦਸੰਬਰ ਪਿੰਡ ਵਜੀਰਪੁਰ 4 ਦਸੰਬਰ ਹੈ ਖਾਸੀ ਕਲਾ ਬਈ ਆ ਜੱਜਾਂ ਦੀਆਂ ਕੁਰਸੀਆਂ ਤੋਂ ਪਿੱਛੇ ਟਰੈਕ ਖਾਲੀ ਕਰ ਦਿਓ ਵੀ ਰੇਸ ਹੋਣ ਲੱਗੀ ਹੈ ਲਿਆਓ ਜੀ ਕੁੱਤੇ ਮਾਲਕਾਂ ਦੇ ਧੜਕਣਾ ਤੇਜ਼ 31,000 ਤੇ 21,000 ਰੁਪਏ ਵਾਸਤੇ ਮੁਕਾਬਲਾ ਜੀ ਸਰਦਾਰ ਚੰਦਜੀਤ ਸਿੰਘ ਜੀ 8 ਦਸੰਬਰ ਨੂੰ ਜੀ ਕਿਲਾ ਰਾਏਪੁਰ ਕਾਂਵਰੇ ਰਜਿੰਦਰ ਸਿੰਘ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਮੇਲਾ ਹੁੰਦਾ ਜੀ ਕੁੱਤੇ ਵਾਲੇ ਵੀਰ ਨੋਟ ਕਰੋ ਜੀ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਕੁਲਦੀਪ ਸਿੰਘ ਜੀ ਕੀਪਾ ਅਜੀਤ ਸਿੰਘ ਜੀ ਤਲੌਲਾ ਸਰਪੰਚ ਪ੍ਰਿਤਪਾਲ ਸਿੰਘ ਜੀ ਪੋਲਾ ਧਨੂਰ ਸਰਦਾਰ ਰੇਸ਼ਮ ਸਿੰਘ ਜੀ ਗਰਚਾ ਢੰਡਾਰੀ ਕਲਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਵੱਡਾ ਸਹਿਯੋਗ ਆ ਵੀਰਾਂ ਦਾ ਸਾਡੇ ਟੂਰਨਾਮੈਂਟ ਵਾਸਤੇ ਲਿਆਓ ਜੀ ਡੋਰ ਪੈ ਗਈ ਜੀ ਹੁਣ ਕਿਸੇ ਨੇ ਕ੍ਰਾਸ ਨਹੀਂ ਕਰਨੀ ਟਰੈਕ ਇੱਧਰ ਉੱਧਰ ਛੱਡੋ ਜੀ ਡੋਰ ਛੱਡੋ ਜੀ ਹਾਂਜੀ ਹਾਂ ਛੱਡੋ ਜੀ ਬਈ ਡੰਮੀ ਵਾਲੇ ਦਿਖਦਾ ਰਹਿਣ ਦਿਓ ਸਾਈਡ ਤੇ ਹੋ ਜਾਓ ਛੱਡੋ ਬਾਈ ਡੋਰ ਪੈ ਗਈ ਲਓ ਜੀ 31,000 ਦੇ 21,000 ਵਾਸਤੇ ਮੁਕਾਬਲਾ ਸ਼ੁਰੂ ਹੋ ਗਿਆ ਦਿਲਾਂ ਦੀਆਂ ਧੜਕਣਾ ਤੇਜ਼ ਦੇਖੋ ਅੱਜ ਦੀ ਕਰੀਮ ਕਿਹਦੀ ਪਿੜ ਫਤਿਹ ਆ ਪਟਾ ਲਾਲ ਬਈ ਹਰਪਿੰਦਰਜੀਤ ਸਿੰਘ ਸਮਰਾਲਾ ਦਾ ਕੁੱਤਾ ਟੌਮ ਕਰੂਜ਼ ਕਾਲਾ ਜਿੱਤ ਗਿਆ ਜੀ ਠੀਕ ਆ ਜੀ ਕੋਈ ਨਹੀਂ ਨੰਬਰ ਟੌਮ ਕਰੂਜ਼ ਹੈ ਨਾ ਹੋਰ ਚੌਥਾ ਲਿਖੋ ਜੀ ਤੁਸੀਂ ਰਾਜਾ ਮੋਖਾ ਬਸੀ ਜਲਾਲ ਰਾਜਾ ਮੋਖਾ ਜੂਨੀਅਰ ਲੀਗ ਵਾਲਾ ਜੂਨੀਅਰ ਲੀਗ ਹਾਂਜੀ ਪੰਜਵਾਂ ਜੀ ਪੰਜਵਾਂ ਹਜੇ ਬਣਾਉਣਾ ਜੀ ਬਸ ਇਹ ਮੇਨ ਬਸ ਤੋਂ ਚਾਰੇ ਦੇਖਦੇ ਆਪਾਂ ਬਾਕੀ ਕਰਮ ਬਰਦਾਸ਼ਤ ਕਰਨ ਉਹ ਕਿੰਨਾ ਕਿੰਨਾ ਦੇਣਾ ਬਸ 25-25 ਸੌ
ਆਪਣਾ ਕੰਟੈਕਟ ਨੰਬਰ ਦੋ ਭਾਈ ਆਪਣੇ ਸਲਾਹ ਕਰਕੇ ਦੱਸੋ ਸਰਾਬੇ ਤੋਂ ਮੁੜ ਕੇ ਆਏ ਨੇ ਇੱਕ ਨਾ ਤੇਰਾ ਵੀ ਹੈ 300 ਰੁਪਇਆ ਦੀ ਉਹ ਦਿਹਾੜੀ ਵਾਲਿਆਂ ਦੇ ਨਾਲ ਪਤਾ 300 ਪਾ ਦੀ ਕਾਕਾ ਉਹ ਦਿਹਾੜੀ ਲੈ ਜੀ ਕੱਲ ਦੋ ਆਲਾ ਫੜੋ ਮੈਂ 300 ਰੁਪਏ ਦਾ ਜੁੱਤਲ ਕਰੂਗਾ ਆਹ ਫੜੋ ਡੇਢ ਸੌ ਦੇ ਡੇਢ ਸੌ ਦੇਣਾ ਆਹ ਫੜੇ ਤੂੰ ਜ਼ਿੰਮੇਵਾਰ ਆ ਉਦੋਂ ਮੱਕੀ ਨੂੰ ਮੈਂ ਦੇਣੇ ਆ ਹਾਂ ਮੈਂ ਸੀ ਕੱਲ ਨੂੰ ਮੇਰੇ ਘਰ ਫਿਰੇ ਉਹ ਅਮਨੀਤ ਘਣੀ ਬਹੁਤ ਧੰਨਵਾਦ ਆ ਵਧੀਆ ਟੂਰਨਾਮੈਂਟ ਦਾ ਕਰਾਇਆ ਇੱਕ ਨੇ ਚੱਲੀ ਚੱਲ ਲਓ ਜੀ ਨੋਟ ਕਰੋ ਜੀ ਵੀ ਜੋ ਅੱਜ ਦੀਆਂ ਰੇਸਾਂ ਹੋਈਆਂ ਨੇ
115 ਕੁੱਤੇ ਐਂਟਰ ਹੋਏ ਸੀਗੇ ਉਸ ਦੇ ਵਿੱਚੋਂ ਜਿਹੜੀਆਂ ਪਹਿਲੀਆਂ 10 ਪੋਜੀਸ਼ਨਾਂ ਹਾਸਲ ਕੀਤੀਆਂ ਨੇ ਕੁੱਤਿਆਂ ਨੇ ਅਸੀਂ ਉਹਨਾਂ ਦੇ ਨਾਮ ਅਨਾਊਂਸ ਕਰਨ ਲੱਗੇ ਹਾਂ ਧਿਆਨ ਨਾਲ ਸੁਣਿਓ ਪਹਿਲੀ ਪੋਜੀਸ਼ਨ ਹਾਸਲ ਕੀਤੀ ਰੁਪਿੰਦਰਜੀਤ ਸਿੰਘ ਜੀ ਸਮਰਾਲਾ ਦਾ ਕੁੱਤਾ ਟੌਮ ਕਰੂਜ਼ ਕਾਲਾ ਜੀ ਦੂਜੀ ਪੋਜੀਸ਼ਨ ਬਰਗਰ ਪ੍ਰਾਇਕੋਟ ਦਾ ਕੁੱਤਾ ਡੇਵਿਸ ਕਾਲਾ ਡੱਬਾ ਤੀਜੀ ਪੋਜੀਸ਼ਨ ਹੈ ਜੀ ਬਰਗਰ ਪ੍ਰਾਇਕੋਟ ਦਾ ਕੁੱਤਾ ਬਲੈਕ ਸਟੋਨ ਕਾਲਾ ਜੀ ਚੌਥੀ ਪੋਜੀਸ਼ਨ ਹੈ ਜੀ ਰਾਜਾ ਮੋਖਾ ਬਸੀ ਜਲਾਲ ਇਹਨਾਂ ਦਾ ਕੁੱਤਾ ਜੂਨੀਅਰ ਲੀਗ ਕਾਲਾ ਪੰਜਵੀਂ ਪੋਜੀਸ਼ਨ ਹੈ ਬਰਗਰ ਪ੍ਰਾਇਕੋਟ ਦਾ ਕੁੱਤਾ ਟੋਕਨ ਡਰਬੋ ਕਾਲਾ ਜੀ ਛੇਵੀਂ ਪੋਜੀਸ਼ਨ ਤੇ ਜਸਪਾਲ ਸਿੰਘ ਜੱਸੋਵਾਲ ਜੱਲੋਵਾਲ ਇਹਨਾਂ ਦਾ ਕੁੱਤਾ ਰਾਵਤ ਲਾਲ ਸੱਤਵੀਂ ਪੋਜੀਸ਼ਨ ਹੈ ਜੀ ਸੁੱਖਾ ਜਲਾਲ ਦੀ ਵਾਲ ਦਾ ਕੁੱਤਾ ਬਰਿਊ ਸਟਾਰ ਨੀਲਾ ਜੀ ਅੱਠਵੀਂ ਪੋਜੀਸ਼ਨ ਹੈ ਜੀ ਸੁਖਵੰਤ ਸਿੰਘ ਮੋਹਣ ਇਹਨਾਂ ਦਾ ਕੁੱਤਾ ਜੌਨ ਟੈਰੀ ਕਾਲਾ ਨੌਵੀਂ ਪੋਜੀਸ਼ਨ ਹੈ ਜੀ ਅਮਨੀਤ ਘੜੀਆਂ ਇਹਨਾਂ ਦੀ ਕੁੱਤੀ ਸੈਂਡੀ ਕਾਲੀ ਡੱਬੀ ਹੈ ਜੀ ਦਸਵੀਂ ਪੋਜੀਸ਼ਨ ਹੈ ਜੀ ਮਾਸਟਰ ਗੁਰਜੰਟ ਸਿੰਘ ਨੰਗਲ ਦਾ ਕੁੱਤਾ ਬੈਡ ਕਿਊਟ ਚਿੱਟਾ ਜੀ ਇਹ ਦਸੇ ਵੀਰ ਵਧਾਈ ਦੇ ਪਾਤਰ ਨੇ ਅੱਜ ਦੀਆਂ ਪਹਿਲੀਆਂ 10 ਪੋਜੀਸ਼ਨਾਂ ਹਾਸਲ ਕੀਤੀਆਂ ਨੇ ਜੀ ਇਹਨਾਂ ਨੇ ਹੁਣ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਪੰਜਾਬ ਲਾਈਵ ਪੰਜ.com ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਇਸ ਟੂਰਨਾਮੈਂਟ ਨੂੰ ਦਿਖਾਇਆ ਜੀ ਤੇ ਵਿਸ਼ੇਸ਼ ਸਹਿਯੋਗੀ ਨੇ ਜਿਹੜੇ ਸਾਡੇ ਅੱਜ ਦੇ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਕੁਲਦੀਪ ਸਿੰਘ ਜੀ ਕੀਪਾ ਅਜੀਤ ਸਿੰਘ ਜੀ ਤਰੌਲਾ ਹੈਪੀ ਸ਼ਾਦੀਪੁਰ ਜੀ ਪ੍ਰਦੀਪ ਸਿੰਘ ਜੀ ਰੋਮੀ ਲੱਦੜਾ ਪ੍ਰਿਤਪਾਲ ਸਿੰਘ ਜੀ ਪੋਲਾ ਸਰਪੰਚ ਧਨੂਰ ਤੇਜਪਾਲ ਸਿੰਘ ਜੀ ਠੇਕੇਦਾਰ ਸਮਰਾਲਾ ਰੇਸ਼ਮ ਸਿੰਘ ਜੀ ਗਰਚਾ ਗੁਰਿੰਦਰ ਸਿੰਘ ਜੀ ਗਿੰਦੀ ਨਸਰਾਲੀ ਬੋਨੀ ਗਿੱਲ ਜੀ ਬੌਂਦਲੀ ਗੱਬਰ ਸੰਗਤਪੁਰਾ ਜੀ ਰਣਜੋਤ ਸਿੰਘ ਚੋਧਾ ਟੰਗਰਾਲੀ ਜੀ ਤੇ ਜਸਵਿੰਦਰ ਸਿੰਘ ਤਹਿਸੀਲਦਾਰ ਸਾਹਿਬ ਟਵਾਣਾ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਉੱਥੇ ਪਹੁੰਚੇ ਨੇ ਸਰਦਾਰ ਕੁਸ਼ਲਦੀਪ ਸਿੰਘ ਜੀ ਢਿੱਲੋਂ ਜਿਨ੍ਹਾਂ ਨੇ ਅੱਜ ਪੰਜਾਬ ਸਰਕਾਰ ਦੀ ਤਰਫੋਂ ਸਾਡੇ ਆਏ IPS ਅਫਸਰ ਮਿਸਟਰ ਗੋਇਲ ਜੀ MDP IDV ਇਹਨਾਂ ਦੇ ਬਹੁਤ ਧੰਨਵਾਦ ਆ ਜੀ ਕ੍ਰਿਸ਼ਨ ਕੁਮਾਰ ਜੀ ਬਹੁਤ ਧੰਨਵਾਦ ਆ ਜੀ ਉਹਨਾਂ ਦਾ ਬਾਕੀ ਪੱਤਰਕਾਰ ਭਾਈਚਾਰੇ ਦਾ ਸਟੂਡੀਓ ਵਾਲੇ ਵੀਰਾਂ ਦਾ ਟਰੈਕ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਆ ਜੀ ਅੱਜ ਦੇ ਮੇਨ ਸਪੌਂਸਰ ਨੇ ਜੀ ਸਾਡੇ ਪਰਮਿੰਦਰ ਸਿੰਘ ਜੀ ਬੱਲਾ ਬਲਜੀਤ ਸਿੰਘ ਜੀ ਲਾਲਕਲਾ ਨਿਰਮਲ ਸਿੰਘ ਘੋਟੀ ਪਰਮਿੰਦਰ ਸਿੰਘ ਡੂਮਛੇੜੀ ਜਾਲਵਿੰਦਰ ਸਿੰਘ ਜੀ ਜੋਤ ਫਤਿਹਪੁਰ ਜੱਟਾ ਹੈਪੀ ਸ਼ਾਦੀਪੁਰ ਰਣਵਿਜੇ ਸਿੰਘ ਹਵਾਸ ਰੁਪਿੰਦਰਜੀਤ ਸਿੰਘ ਰਿੰਪੀ ਸਮਰਾਲਾ ਅਮਰਨਾਥ ਸਿੰਘ ਢਿੱਲਵਾ ਅਜੀਤ ਸਿੰਘ ਧਨੌਲਾ ਹਰਪ੍ਰੀਤ ਸਿੰਘ ਜੀ ਰਾਜਗੜ੍ਹ ਜਸਕਰਨ ਸਿੰਘ ਅਮੀਰਪੁਰ ਮਾਸਟਰ ਭਜਨ ਸਿੰਘ ਕੋਟਲਾ ਮਸੂਦ ਮੇਜਰ ਸਿੰਘ ਜੀ ਨਾਗਰਾ ਹਰਪ੍ਰੀਤ ਸਿੰਘ ਜੀ ਗਰੇਵਾਲ ਖੰਨਾ ਰੋਡਾ ਸਿੰਘ ਜੀ ਮਹਿਦੀਪੁਰ ਦਰਸ਼ਨ ਸਿੰਘ ਜੀ ਮਾਨਕੀ ਬਹਾਦਰ ਸਿੰਘ ਬਲੀਏਵਾਲ ਪਰਮਿੰਦਰ ਸਿੰਘ ਜੀ ਢਿੰਦੀ ਛੱਜੂ ਮਾਜਰਾ ਹਰਕੇਸ਼ ਸਿੰਘ ਜੀ ਗੱਬਾ ਸਰਪੰਚ ਰਣਜੋਤ ਸਿੰਘ ਜੀ ਟੰਗਰਾਲੀ ਬਹੁਤ ਧੰਨਵਾਦ ਆ ਜੀ ਗਿੰਦੀ ਪਹਿਲਵਾਨ ਜੀ ਸਰਪੰਚ ਪ੍ਰਿਤਪਾਲ ਸਿੰਘ ਜੀ ਪੋਲਾ ਧਨੂਰ ਬਹੁਤ ਬਹੁਤ ਵੀਰਾਂ ਧੰਨਵਾਦ ਆ ਜੀ ਬੋਨੀ ਗਿੱਲ ਮਨਦੀਪ ਪੰਗਲਾ ਜਿਨ੍ਹਾਂ ਦੇ ਵੱਡੇ ਸਹਿਯੋਗ ਰਹੇ ਇਸ ਟੂਰਨਾਮੈਂਟ ਵਾਸਤੇ ਬਲਵੀਰ ਸਿੰਘ ਜੀ ਹਰਗੜਾ ਸਾਰੇ ਵੀਰਾਂ ਧੰਨਵਾਦ ਆ ਜੀ ਆਓ ਹੁਣ ਆਪਾਂ ਨਾਮਾਂ ਦੀ ਵੰਡ ਕਰੀਏ ਰਿੰਪੀ ਆਓ ਜੀ ਧੰਨਵਾਦ ਕਰਦੇ ਹਾਂ ਸਾਡੇ ਟ੍ਰੈਫਿਕ ਇੰਚਾਰਜ ਸਰਦਾਰ ਪਵਨਦੀਪ ਸਿੰਘ ਜੀ ਉਹ ਵੀ ਸਾਡੇ ਕੋਲ ਹਾਜ਼ਰੀ ਲਾ ਕੇ ਗਏ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ ਬੇਨਤੀ ਆ ਜੋ ਪੁਰਾਣੇ ਸ਼ਿਕਾਰੀ ਚੌਧਰੀ ਹਬੀਬ ਜੀ ਪਰਮਿੰਦਰ ਸਿੰਘ ਜੀ ਡੂਮਛੇੜੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਪੱਤਰਕਾਰ ਭਾਈਚਾਰੇ ਵਿੱਚੋਂ ਜਵਾਲਾ ਸਿੰਘ ਜੀ ਥਿੰਦ ਦਰਸ਼ਨ ਸਿੰਘ ਜੀ ਬੌਂਦਲੀ ਇਹਨਾਂ ਦਾ ਬਹੁਤ ਧੰਨਵਾਦ ਆ ਜੀ ਸਰਦਾਰ ਅਮਰੀਕ ਸਿੰਘ ਜੀ ਰੋੜੀਆਂ ਸੋਨੀ ਆਵਾਜ਼ ਆ ਵੀਰ ਉਹਨਾਂ ਨੂੰ ਸੋਨੀ ਆਵਾਜ਼ ਆ ਜੀ ਛੋਟੇ ਭਾਈ ਸੋਨੇ ਆਓ ਜੀ ਉਰੇ ਸੋਨੇ ਆਓ ਜੀ ਉਰੇ
ਆਓ ਜੀ ਆਓ ਅਸੀਂ ਤਾਂ ਖੜੇ ਆ ਤਿਆਰ ਆਓ ਜੀ ਪਹਿਲੀ ਪੋਜੀਸ਼ਨ ਵਾਲੇ ਮਗਰੋਂ ਕਰਨਾ ਮੈਂ ਆਓ ਜੀ ਜਿਹਨਾਂ ਦਸਵੀਂ ਪੋਜੀਸ਼ਨ ਹਾਸਲ ਕੀਤੀ ਆ ਜੀ ਮਾਟਰ ਗੁਰਜੰਟ ਸਿੰਘ ਨੰਗਲ ਦਾ ਕੁੱਤਾ ਬੈਟ ਕਿਊਟ ਚਿੱਟਾ ਜੀ ਲਿਆਓ ਜੀ ਕੁੱਤੇ ਨੂੰ ਆਪਣੇ ਨੂੰ ਆਓ ਜੀ ਮਾਲਕ ਕੁਲਦੀਪ ਸਿੰਘ ਦੀ ਕੀਪਾ ਚਰਨਜੀਤ ਸਿੰਘ ਦੀ ਚੰਨੀ ਅਜੀਤ ਸਿੰਘ ਜੀ ਤਰੌਲਾ ਸਾਰੇ ਕਲੱਬ ਦੇ ਮੈਂਬਰ ਸਾਹਿਬਾਨ ਆ ਜਾਓ ਜੀ ਆ ਜਾਓ ਜੀ ਆ ਜਾਓ ਆਓ ਜੀ ਪ੍ਰਵਾਨ ਆ ਗਏ ਕੁੱਤੇ ਦਾ ਵੀਰ ਟੋਲਾ ਸਰਪੰਚ ਜੀ ਪਹੁੰਚ ਜੀ ਜਸਪ੍ਰੀਤ ਸਿੰਘ ਜੀ ਸਾਡੇ ਭਾਈ ਭਾਈ ਆ ਜੀ ਉਹ ਵੀ ਆਓ ਜਿਹੜੇ ਭਾਜੀ ਜਸਪ੍ਰੀਤ ਸਿੰਘ ਜੀ ਆਓ ਜੀ ਜਸਪ੍ਰੀਤ ਸਿੰਘ ਜੀ ਹਾਂ ਜੀ ਮਾਟਕ ਰਜਾਟ ਸਿੰਘ ਜੀ ਨੰਗਲੇ ਦਾ ਕੁੱਤਾ ਬੈਟ ਕਿਊਟ 2500 ਰੁਪਇਆ ਪਲੱਸ ਟਰੋਫੀ ਜੀ ਸਾਰੇ ਕਲੱਬ ਦੇ ਮੈਂਬਰ ਸਾਹਿਬਾਨ ਨੇੜੇ ਆ ਜਾਓ ਜੀ ਪ੍ਰਿਤਪਾਲ ਸਿੰਘ ਜੀ ਸਰਪੰਚ ਰੇਸ਼ਮ ਸਿੰਘ ਜੀ ਗਰਚਾ ਜਸਵਿੰਦਰ ਸਿੰਘ ਜੀ ਟਵਾਣਾ ਸਾਹਿਬ ਜੀ ਤਹਿਸੀਲਦਾਰ ਸਾਹਿਬ ਉਹ ਵੀ ਆ ਜਾਓ ਜੀ ਹਾਂਜੀ ਹੋ ਗਿਆ ਜੀ ਆਓ ਜੀ ਨੌਵੀਂ ਪੋਜੀਸ਼ਨ ਵਾਲੇ ਅਮਨੀਤ ਕਣੀਆ ਜੀ ਕੁੱਤੀ ਸੈਂਡੀ ਗਾਲ ਡੱਬੀ ਆਓ ਜੀ ਅਮਨੀਤ ਕਣੀਆ ਲੱਛੂ ਆ ਜਾਓ ਜੀ ਆ ਜਾਓ ਕੋਲ ਹੋ ਜਾਓ ਵਾਰੀ ਵਾਰੀ ਨੌਵਾਂ ਨੰਬਰ ਲਓ ਜੀ ਨੌਵਾਂ ਦੇਖ ਕੇ ਧਿਆਨ ਨਾਲ ਦੇ ਦਿਓ ਟਰੋਫੀਆਂ ਅੱਠਵੀਂ ਪੋਜੀਸ਼ਨ ਸੁਖਵੰਤ ਸਿੰਘ ਬੋਲ ਇਹਨਾਂ ਕੁੱਤਾ ਜੌਨ ਟੈਰੀ ਕਾਲਾ ਜੀ ਜੌਨ ਟੈਰੀ ਕਾਲਾ ਆਓ ਜੀ ਬੋਲੇ ਵੀ ਆਓ ਦਰਸ਼ਨ ਸਿੰਘ ਜੀ ਮਾਨ ਕੀ ਆਓ ਜੀ ਮਾਟਰ ਭਜਨ ਸਿੰਘ ਜੀ ਕੋਟਲਾ ਮਸੂਦ ਸਾਰੇ ਕਲੱਬ ਦੇ ਮੈਂਬਰ ਕਿਸੇ ਨੇ ਵੀਰ ਨੇ ਪਿੱਛੇ ਨਹੀਂ ਹੋਣਾ ਹਾਂਜੀ ਸਾਰੇ ਕਲੱਬ ਮੈਂਬਰ ਆ ਜਾਓ ਸਾਡੇ ਕੋਲ ਸਾਰੇ ਕਲੱਬ ਆਓ ਜੀ ਸੱਤ ਨੰਬਰ ਜੀ ਸੁੱਖਾ ਜਲਾਲ ਦੀ ਵਾਲ ਇਹਨਾਂ ਕੁੱਤਾ ਬਲਿਊ ਸਟਾਰ ਨੀਲਾ ਜੀ ਸੱਤਵੀਂ ਪੀਸ ਨਾਲ ਆ ਜਾਓ ਜੀ ਚਲੋ ਚਲੋ ਹੋ ਜਾਓ ਜੀ ਹੋ ਜਾਓ ਲੰਘੋ ਕੋਈ ਗੱਲ ਨੀ ਲੰਘੋ ਤੁਸੀਂ ਕੋਈ ਨੀ ਸਾਰੇ ਕਲੱਬ ਦੇ ਮੈਂਬਰ ਆ ਜਾਓ ਗਰਿਆ ਸਾਹਿਬ ਹੋਵੋ ਨੇੜੇ ਆ ਜਾਓ ਆ ਜਾਓ ਆ ਜਾਓ ਆ ਜਾਓ ਦਾਓ ਜੀ ਦਾਓ ਨਾਮ ਦਾਓ ਮੇਜਰ ਸਿੰਘ ਨਾਗਰਾ ਹੋਵੋ ਜੀ ਨੇੜੇ ਟਵਾਣਾ ਸਾਹਿਬ ਨੇੜੇ ਹੋ ਜਾਓ ਜੀ ਸਾਰੇ ਆ ਜਾਓ ਵਿਸ਼ੇਸ਼ ਸਹਿਯੋਗੀ ਨੇ ਜਿਹੜੇ ਜਸਪਾਲ ਸਿੰਘ ਜੀ ਜੱਲੋਵਾਲ ਛੇਵੀਂ ਪੋਜੀਸ਼ਨ ਹਾਸਲ ਕੀਤੀ ਉਹਨੇ ਕੁੱਤੇ ਰਾਊਟ ਲਾ ਲਿਆ ਜੋ ਬਈ ਹਾਂਜੀ ਹਾਂਜੀ ਛੇਵਾਂ ਆ ਗਿਆ ਜੀ ਛੇਵਾਂ ਤੁਸੀਂ ਟਰੋਫੀ ਹਿਸਾਬ ਨਾਲ ਚਲੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਹੈ ਜੀ ਚਰਨਜੀਤ ਸਿੰਘ ਜੀ ਚੰਨੀ ਕੁਲਦੀਪ ਸਿੰਘ ਜੀ ਕੀਪਾ ਜੀ ਸਿੰਘ ਜੀ ਤਰੌਲਾ ਸਰਪੰਚ ਪ੍ਰਿਤਪਾਲ ਸਿੰਘ ਜੀ ਪੋਲਾ ਸੁਖੇਵਾਲ ਰੇਸ਼ਮ ਸਿੰਘ ਜੀ ਗਰਚਾ ਢੰਡਾਰੀ ਦਰਸ਼ਨ ਸਿੰਘ ਜੀ ਮਾਨ ਕੀ ਆਓ ਜੀ ਕਿੱਥੇ ਹੋ ਤੁਸੀਂ ਪਰਮਿੰਦਰ ਸਿੰਘ ਬਡਲਾ ਪੰਜ ਨੰਬਰ ਆਓ ਜੀ ਬ੍ਰਾਇਡਰ ਉੱਪ ਰਾਏਕੋਟ ਦਾ ਕੁੱਤਾ ਟੋਕਰ ਡਰਬੋ ਕਾਲਾ ਜੀ
ਆਜੋ ਜੀ, ਆਓ ਜੀ, ਟੋਕਨ ਡਾਲ ਕਰੋ, ਆਓ ਜੀ, ਆਓ ਕਲੱਬ ਮੈਂਬਰ ਸਾਹਿਬਾਨ ਸਿਮਰ ਆਓ ਜੀ, ਸੋਰੀ ਆਓ ਟਵਾੜਾ ਸਾਹਿਬ ਚੌਥੀ ਪੋਜੀਸ਼ਨ ਲਿਆਓ ਜੀ, ਰਾਜਾ ਮੋਖਾ ਬਸੀ ਜਲਾਲ ਇਹਨਾਂ ਕੁੱਤਾ ਜੂਨੀਅਰ ਲੀਗ ਕਾਲਾ ਜੀ, ਚੌਥੀ ਪੋਜੀਸ਼ਨ ਵਾਲੇ ਆਜੋ ਜੀ, ਆਓ ਜੀ ਚੰਨੀ ਬਾਈ ਜੀ, ਆਓ ਜੀ, ਆਓ ਜੀ, ਆਓ ਜਸਕੰਤ ਸਿੰਘ ਅੰਬੇਦਪੁਰ ਅੱਗੇ ਆਓ ਜੀ, ਆਓ ਜੀ, ਆਓ ਜੀ ਬੀ ਪਰਾਇਕੋਟ ਦਾ ਕੁੱਤਾ ਬਲੈਕ ਸਟੋਨ ਕਾਲਾ ਜੀ, ਲਿਆਓ ਜੀ ਤੀਜੀ ਪੋਜੀਸ਼ਨ ਵਾਸਤੇ ਜੀ, ਬਲੈਕ ਸਟੋਨ ਕਾਲਾ, ਆ ਗਈ ਦੂਜੀ ਪੋਜੀਸ਼ਨ ਵਾਲੇ ਵੀ, ਠੀਕ ਹੈ, ਆ ਦੂਜੀ ਪੋਜੀਸ਼ਨ ਵਾਲਾ ਕੱਪ ਦੇ ਦਿਓ ਜੀ, ਹਾਂਜੀ, ਬਰਾਗੋ ਪਰਾਇਕੋਟ ਦਾ ਕੁੱਤਾ ਡੇਵਿਸ ਕਾਲ ਡੱਬਾ ਜੀ, ਲਿਆਓ ਜੀ ਇੱਕ ਨੰਬਰ ਪੋਜੀਸ਼ਨ ਜਿਹਨੇ ਅੱਜ ਹਾਸਲ ਕੀਤੀ ਹੈ 115 ਕੁੱਤਿਆਂ ਦੇ ਵਿੱਚੋਂ, ਰੁਪਿੰਦਰਜੀਤ ਸਿੰਘ ਸਮਰਾਲਾ ਦਾ ਕੁੱਤਾ ਟੌਮ ਕਰੂਜ਼ ਕਾਲਾ, ਲਿਆਓ ਜੀ ਸਾਰੇ ਕਲੱਬ ਮੈਂਬਰ, ਸਾਰੇ ਵੀਰ ਆਜੋ ਨੇੜੇ, ਸਰਪੰਚ ਪ੍ਰਿਤਪਾਲ ਸਿੰਘ ਜੀ ਪੋਤੀ, ਆਓ ਜੀ ਆਓ, ਤੀਜਾ ਨੰਬਰ ਹੈਗਾ ਬਲੈਕ ਸਟੋਨ ਕਾਲਾ, ਹਾਂ ਇਸ ਤੋਂ ਬਾਅਦ ਸਾਰੇ ਕਲੱਬ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਆ ਵੀ ਆਪਾਂ ਪ੍ਰਧਾਨ ਜੀ ਦਾ ਸਨਮਾਨ ਕਰਨਾ, ਸਰਦਾਰ ਕੁਸ਼ਲਦੀਪ ਸਿੰਘ ਜੀ ਢਿੱਲੋਂ ਜਿਹੜੇ ਕਿ ਆਪਣੇ ਪ੍ਰਧਾਨ ਨੇ ਬੋਰਡ ਦੇ ਪੰਜਾਬ ਦੇ, ਚੌਥਾ ਮੁੱਖ ਰਾਜਾ ਮੁੱਖ, ਰੇਪੇ ਪ੍ਰਧਾਨ ਜੀ ਦਾ ਸਨਮਾਨ ਕਰੋ ਜੀ, ਸੋਹਣੀ ਆਈ ਉਰੇ, ਪ੍ਰਧਾਨ ਜੀ ਦਾ ਸਨਮਾਨ ਜੀ, ਸੋਹਣੀ ਆ ਦੇਖ ਕੇ ਟਰੋਫੀ ਵੀਰੇ, ਸਨਮਾਨ ਕਰਦੇ ਹੋਏ ਸਾਡੇ ਪ੍ਰਧਾਨ ਕੁਸ਼ਲਦੀਪ ਸਿੰਘ ਜੀ ਢਿੱਲੋਂ, ਸਾਬਕਾ ਐਮ ਐਲ ਏ ਹਲਕਾ ਫਰੀਦਕੋਟ, ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ, ਬੜੀ ਵੱਡੀ ਦੇਣ ਇਸ ਕੁੱਤਿਆਂ ਦੇ ਸ਼ੌਕ ਦੇ ਵਿੱਚ, ਜਸਵਿੰਦਰ ਸਿੰਘ ਜੀ ਟਵਾੜਾ, ਜਸਵਿੰਦਰ ਸਿੰਘ ਜੀ ਟਵਾੜਾ ਆਓ ਜੀ, ਆਪਣਾ ਸਨਮਾਨ ਲਓ ਜੀ, ਸਨਮਾਨ ਆਉਂਦਾ ਹੋਇਆ ਤਹਿਸੀਲਦਾਰ ਸਰਦਾਰ ਜਸਵਿੰਦਰ ਸਿੰਘ ਜੀ ਟਵਾੜਾ ਸਾਹਿਬ ਦਾ, ਜਿਹੜੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਨੇ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਪੁਲਿਸ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਆ ਜਿਹਨਾਂ ਨੇ ਬਹੁਤ ਵੱਡੀ ਡਿਊਟੀ ਨਿਭਾਈ ਆ, ਪੱਤਰਕਾਰ ਭਾਈਚਾਰੇ ਦਾ ਬਹੁਤ, ਹਾਂਜੀ
ਤੁਸੀਂ ਆਪਣੇ ਲਾਓ ਯਾਰ ਲਾਓ ਆਪਣੇ ਉਹਦਾ ਲੰਘ ਆਉਣਾ ਮੈਨੂੰ ਮੈਂ ਆ ਨਹੀਂ ਤਾਂ ਕਾਪੀ ਖੜ ਜਾਓ ਜੀ ਖੜ ਜਾਓ ਆਓ ਜੀ ਸਾਡੇ ਅੱਜ ਦੇ ਵਿਸ਼ੇਸ਼ ਸਹਿਯੋਗੀ ਚਰਨਜੀਤ ਸਿੰਘ ਜੀ ਚੰਨੀ ਜੱਜ ਅੱਜ ਕਿਹੜਾ ਰਹੇਗਾ ਮੇਜਰ ਸਿੰਘ ਨਾਗਰਾ ਅੱਛਾ ਇੱਕ ਚੌਧਰੀ ਹਬੀਬ ਜੀ ਚੌਧਰੀ ਹਬੀਬ ਜੀ ਆਓ ਜੀ ਉਹਨਾਂ ਨੂੰ ਦਿਓ ਜੀ ਟਰਾਫੀ ਚੌਧਰੀ ਹਬੀਬ ਨੂੰ ਦਿਓ ਜੀ ਸਨਮਾਨ ਦਿਓ ਚੌਧਰੀ ਸਾਹਿਬ ਨੂੰ ਚੌਧਰੀ ਹਬੀਬ ਨੂੰ ਦੇ ਦਿਓ ਇੱਕ ਟੋਪ ਆ ਦੇ ਦਿਓ ਜੱਜਾਂ ਦੇ ਤਾਂ ਹੋ ਗਏ ਯਾਰ ਜੂਰੀ ਦੇ ਹੋ ਨਹੀਂ ਗਾ ਸਨਮਾਨ ਹੋ ਗਏ ਮੈਨੂੰ ਅੱਛਾ ਠੀਕ ਠੀਕ ਬਲਵੀਰ ਸਿੰਘ ਹਰਗਣਾ ਅਜੀਤ ਸਿੰਘ ਧਨੌਲਾ ਹਰਪ੍ਰੀਤ ਸਿੰਘ ਗਰੇਵਾਲ ਖੰਨਾ ਹੁਣ ਤਾਜ ਖਾਨ ਦਾ ਹੋ ਗਿਆ ਤਾਜ ਖਾਨ ਸੀਗੇ ਫਿਰ ਤਾਜ ਖਾਨ ਜੀ ਆ ਕੇ ਲੈਣ ਆਪਣਾ ਰੋਲੇ ਵਾਲਾ ਲੱਖੀ ਆਵੇ ਵੀ ਤਾਜ ਖਾਨ ਜੀ ਆਓ ਜੀ ਲੱਖੀ ਜਸਕਰਨ ਸਿੰਘ ਅਮੇਜਪੁਰ ਅਮਰੀਕ ਸਿੰਘ ਰੋੜੀਆ ਉਹ ਗਰੇਵਾਲ ਖੰਨਾ ਦਾ ਟਰਾਫੀ ਲੈ ਲਈ ਭਾਈ ਆਪਣੀ ਅੱਛਾ ਮੈਂ ਸਾਰਿਆਂ ਨੂੰ ਥਾਂ ਕਰਦਾ ਹਾਂਜੀ ਕੁਲਦੀਪ ਸਿੰਘ ਜੀ ਕੀਪਾ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਨਾ ਟੂਰਨਾਮੈਂਟ ਨੂੰ ਇੱਧਰ ਦੇ ਦਿਓ ਚੌਧਰੀ ਸਾਹਿਬ ਦੇ ਦਿਓ ਚਰਨਜੀਤ ਸਿੰਘ ਜੀ ਚੰਨੀ ਆਓ ਜੀ ਐਨ ਆਰ ਆਈ ਬਹੁਤ ਵੱਡਾ ਸਹਿਯੋਗ ਸੀ ਚਰਨਜੀਤ ਸਿੰਘ ਜੀ ਚੰਨੀ ਸਾਡੇ ਕਲੱਬ ਦੇ ਮੈਂਬਰ ਆਓ ਜੀ ਕਿੱਥੇ ਨੇ ਸਾਰੇ ਕਲੱਬ ਦੇ ਮੈਂਬਰ ਮੇਜਰ ਹੋਵੋ ਵੀਰੇ ਗਾਹ ਕੁਲਦੀਪ ਸਿੰਘ ਜੀ ਕੀਪਾ ਆਓ ਜੀ ਪਰਵਿੰਦਰ ਸਿੰਘ ਬੜਲਾ ਦਰਸ਼ਨ ਸਿੰਘ ਮਾਨਕੀ ਕਿੱਧਰ ਚਲੇ ਗਿਆ ਜੀ ਮਾਟਰ ਚੱਲ ਮੇਜਰ ਹੋ ਵੀਰੇ ਹੋ ਬਾਈ ਹੋ ਗਾਹ ਚੱਲ ਚਲੋ ਚਲੋ ਬੋਲਾ ਬੋਲਾ ਸਰਪੰਚ ਜੀ ਆਓ ਇੱਧਰ ਆਓ ਵੀ ਆਓ ਬਹਾਦਰ ਸਿੰਘ ਬਲੀਏ ਬਾਲ ਸਾਰੇ ਆਓ ਇੱਧਰ ਉੱਠ ਕੇ ਜਲਦੀ ਕਰੋ
ਹੈਪੀ ਮੁੰਡੇ ਨੂੰ ਆਇਆ ਮਨਾਇਆ ਸੋਨੀ ਹਾਂਜੀ ਹੈਪੀ ਸਾਡੀ ਪਰ ਬਹੁਤ ਵੱਡਾ ਹਰੇਕ ਸਾਲ ਬੜਾ ਜੋੜਾ ਲੰਦਾ ਪ੍ਰਦੀਪ ਰਾਜ ਸਿੰਘ ਜੀ ਰੋਮੀ ਲੱਗਦਾ ਹਾਂਜੀ ਰੇਸ਼ਮ ਸਿੰਘ ਜੀ ਗੜਕਾ ਰੇਸ਼ਮ ਸਿੰਘ ਗੜਕਾ ਭੰਡਾਰੀ ਕਲਾ ਜੀ ਇਹਨਾਂ ਨਾਲੇ ਗੱਡੀ ਕਰਤਾ ਜੀ ਗੱਗੀ ਗੱਚਾ ਚੰਦਾ ਮਾਸੀ ਵਾਲਾ ਸਰਪੰਚ ਪ੍ਰਤਪਾਲ ਸਿੰਘ ਜੀ ਬੋਲਣਾ ਹਾਂਜੀ ਚੰਦਾ ਮਾਸੀ ਵਾਲਾ ਹਾਂਜੀ ਪ੍ਰਤਪਾਲ ਸਿੰਘ ਜੀ ਸਰਪੰਚ ਬੋਲਣਾ ਬੋਲਣਾ ਸਰਪੰਚ ਪ੍ਰਦੀਪ ਰਾਜ ਸਿੰਘ ਰੋਮੀ ਲੱਗਾ ਰੋਮੀ ਸਰਪੰਚ ਰਣਜੋਤ ਸਿੰਘ ਰਾਜੀ ਸਰਪੰਚ ਰਣਜੋਤ ਸਿੰਘ ਰਾਜੀ ਚੌਧਰੀ ਨਵੀਰ ਜੀ ਨਰਿੰਦਰ ਸਿੰਘ ਜਿੰਦੀ ਲਸਰਾਈ ਗੱਬਰ ਫੋਟ ਜਾ ਬਾਈ ਜਦੋਂ ਆਪਾਂ ਚੱਲਦੀ ਨਹੀਂ ਚੱਲੀ ਜਾਂਦੀ ਤੇਜਪਾਲ ਸਿੰਘ ਜੀ ਠੇਕੇਦਾਰ ਸਮਰਾਲਾ ਰੇਸ਼ਮ ਸਿੰਘ ਗੜਚਾ ਗੱਗੀ ਗੜਚਾ ਜੀ ਕਿੰਦਾ ਮਾਛੀਵਾੜਾ ਗੁਰਿੰਦਰ ਸਿੰਘ ਗਿੰਦੀ ਨਸਰਾਲੀ ਬੋਣੀ ਗਿੰਦ ਬਾਉਂਡਰੀ ਕੱਬਰ ਸੰਗਤਪੁਰਾ ਰਣਜੋਤ ਸਿੰਘ ਚੋਲਾ ਟਕਰਾਲੀ ਮਾੜਾ ਮਾਣ ਪੱਕਾ ਹੋ ਗਿਆ ਦੋਨਾਂ ਪਾਵਰ